कनेक्ट एफएम 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਨਿਊਜ਼ ਟੇਕਅਵੇ ਸੈਗਮੈਂਟ ਦੀ ਹੁਣ ਸ਼ੁਰੂਆਤ ਹੋ ਚੁੱਕੀ ਹੈ ਵਾਸੂ ਜੀ ਸਟੂਡੀਓ ਚ ਆ ਗਏ ਨੇ ਵਾਸੂ ਜੀ ਗੁੱਡ ਫਰਾਈਡੇ ਮਾਰਨਿੰਗ ਟੂ ਯੂ ਵਿਜੇ ਜੀ ਅ ਵੈਰੀ ਗੁੱਡ ਮਾਰਨਿੰਗ ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ ਹੋਰ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਠੀਕ ਠਾਕ 올 ਗੁੱਡ ਅੱਜ ਮੈਚਿੰਗ ਮੈਚਿੰਗ ਹੋਇਆ ਕਮ ਓ ਯਾ ਯਾਰ ਜੈਸ ਮੈਂ ਦੇਖੋ ਪਤਾ ਨਹੀਂ ਕੀ ਗੱਲ ਹੋ ਜਾਂਦੀ ਐ ਤਾਂ ਮੈਨੂੰ ਵੀ ਨਹੀਂ ਸੀ ਆਈਡੀਆ ਲੱਗਿਆ ਮੈਂ ਜਦੋਂ ਸਕਰੀਨ 'ਵਾਲ ਦੇਖਿਆ ਜਦੋਂ ਲਾਈਵ ਸਟ੍ਰੀਮ ਦੇਖੀ ਉਦੋਂ ਮੈਂ ਕਿਹਾ ਦੋਨੋਂ ਹੀ ਬਲੂ ਬਲੂ ਅੱਜ ਹੋਇਆ ਸੀ ਹਾਂ ਸਕਰੀਨ ਤੇ ਦੇਖ ਕੇ ਪਤਾ ਲੱਗਦਾ ਯਾਰ ਚਾਰਕ ਤਾਂ ਰੰਗ ਹੁੰਦੇ ਬੰਦਿਆਂ ਦੇ ਹੋ ਗਈ ਗੱਲ ਚਾਰ ਵੀ ਜ਼ਿਆਦਾ ਕਹਤੇ ਮੈਂ ਚਾਰ ਜ਼ਿਆਦਾ ਹੀ ਮੈਂ ਹਾਂ ਚਾਰ ਵੀ ਜ਼ਿਆਦਾ ਕਹਤੇ ਬਲੈਕ ਬਲੂ ਐਂਡ ਗ੍ਰੇ ਬਲੈਕ ਬਲੂ ਗ੍ਰੇ ਦੈਟਸ ਰਾਈਟ ਯਾ ਯਾ ਫਿਰ ਹੁਣ ਕਈ ਹੁਣ ਉਹ ਅਲੱਗ-ਅਲੱਗ ਸ਼ੇਡ ਜੇ ਆ ਗਏ ਨਾ ਉਹ ਬਰਾਊਨ ਵੀ ਤੇ ਹੈ ਯਾਰ ਹਾਂ ਉਹ ਉਹੀ ਟੋਨਸ ਉਹੀ ਨੇ ਹਾਂ ਟੋਨਸ ਉਹੀ ਨੇ ਚਾ ਚਾਰ ਹੋ ਗਏ ਫਿਰ ਚਾਰ ਹੋ ਗਏ ਤੇ ਠੀਕ ਸੀ ਫਿਰ ਹਾਂ ਤੱਥਾਂ ਦੇ ਆਧਾਰ ਤੇ ਜੀਆ ਵਸੇ ਤੱਥਾਂ ਦੇ ਆਧਾਰ ਤੇ ਚਲੋ ਇੱਕ ਗੱਲ ਹੋਰ ਸੰਜੀ ਕਰ ਲਈਏ ਕਿ ਬੀਸੀ ਦੀ ਵਿਧਾਨ ਸਭਾ ਦੇ ਵਿੱਚ ਹੁਣ ਇੱਕ ਨਵੀਂ ਪਾਰਟੀ ਦੇ ਐਮ ਐਲ ਏ ਸ਼ਾਮਲ ਹੋ ਗਏ ਬੰਦਾ ਸੋਚੇ ਨਾ ਕੋਈ ਜਨਰਲ ਇਲੈਕਸ਼ਨ ਹੋਇਆ ਨਾ ਕੋਈ ਬਾਇ ਇਲੈਕਸ਼ਨ ਹੋਇਆ ਇਹ ਨਵਾਂ ਐਮ ਐਲ ਏ ਕਿੱਥੋਂ ਆ ਗਿਆ ਸੋ ਇੱਕ ਐਮ ਐਲ ਏ ਫਲੋਰ ਕ੍ਰਾਸ ਕਰ ਗਏ ਏ ਵੀ ਨਾ ਹੁਣ ਕਹਿ ਸਕਦੇ ਹੋ ਫਲੋਰ ਕ੍ਰਾਸ ਕਰ ਗਏ ਉਹ ਫਲੋਰ ਦੇ ਉਸੇ ਪਾਸੇ ਨੇ ਇਹ ਕਹ ਲਓ ਵੀ ਉਹਨਾਂ ਨੇ BC ਕੰਜ਼ਰਵੇਟਿਵ ਪਾਰਟੀ ਵਾਸਤੇ BC ਦੀ ਵਿਧਾਨ ਸਭਾ ਦੇ ਚੈਂਬਰ ਦੇ ਵਿੱਚ ਹੁਣ ਥਾਂ ਬਣਾ ਦਿੱਤੀ ਆ ਕੰਜ਼ਰਵੇਟਿਵ ਪਾਰਟੀ ਜਿਹੜੀ ਸੁਭਾਈ ਪੱਧਰ ਤੇ ਆ ਉਹਨਾਂ ਨੇ ਪਿਛਲੇ ਕੁਝ ਇਲੈਕਸ਼ਨਜ਼ ਲੜੇ ਪਰ ਉਹਨਾਂ ਦਾ ਕੋਈ ਵੀ ਕੈਂਡੀਡੇਟ ਜਿੱਤ ਨਾ ਸਕਿਆ ਹਾਂ ਇੰਨੀ ਕ ਵੋਟਾਂ ਜ਼ਰੂਰ ਲੈ ਗਈ ਕਿ ਕੁਝ ਰਾਈਡਿੰਗਸ ਦੇ ਵਿੱਚ BC ਲਿਬਰਲਸ ਨੂੰ ਖੋਰਾਲਾ ਆਤਾ ਉਹਨਾਂ ਨੇ ਤੇ ਸੋ ਜான் ਰਸਟਡ ਇਹਨਾਂ ਨੂੰ ਵੀ ਪਿਛਲੇ ਸਾਲ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਸੀ ਕੈਵਨ ਫਾਲਕਨ ਨੇ ਕਿਉਂਕਿ ਇਹਨਾਂ ਨੇ ਕਲਾਈਮੇਟ ਚੇਂਜ ਸੰਬੰਧੀ ਕੁਝ ਗੱਲਾਂ ਕੀਤੀਆਂ ਸੀ ਕੁਝ ਹੋਰ ਇਹਨਾਂ ਦੇ ਜੋ ਸਟਾਂਸਸ ਸੀਗੇ ਉਹ ਇਸ ਕੈਵਨ ਫਾਲਕਨ ਦੀ ਦੀ ਲੀਡਰਸ਼ਿਪ ਅਧੀਨ ਇਸ ਰੀਵਾਈਟਲਾਈਜ਼ ਹੋ ਰਹੀ BC ਲਿਬਰਲ ਪਾਰਟੀ ਨੂੰ ਨਾਗਵਾਰਾ ਸੀ ਉਹਨਾਂ ਨੇ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਫਿਰ ਬਾਹਰ ਕਰ ਦਿੱਤਾ ਸੀ ਇਹ ਐਜ਼ ਅਨ ਇੰਡੀਪੈਂਡੈਂਟ ਐਮਐਲਏ ਪਿਛਲੇ ਕੁਝ ਮਹੀਨਿਆਂ ਤੋਂ BC ਵਿਧਾਨ ਸਭਾ ਦੇ ਵਿੱਚ ਬੈਠੇ ਸੀ ਪਰ ਹੁਣ ਇਹਨਾਂ ਨੇ ਬੀਸੀ ਦੀ ਕੰਜ਼ਰਵੇਟਿਵ ਪਾਰਟੀ ਜੁਆਇਨ ਕਰ ਲਈ ਹੈ ਸੋ ਇਹਨਾਂ ਨੇ ਪਿਛਲੇ ਦਿਨੀ ਜਦੋਂ ਇਹ ਗੱਲ ਕੀਤੀ ਦੇਖੋ ਵੈਸੇ ਵੀ ਕੈਵਨ ਫਾਲਕਨ ਦੇ ਨਾਲ ਇਹਨਾਂ ਦੇ ਵਿਚਾਰਕ ਮਤਭੇਦ ਪਹਿਲਾਂ ਹੀ ਸੀਗੇ ਇਹਨਾਂ ਨੇ ਫਿਰ ਜਦੋਂ ਇਹ ਕਿਹਾ ਵੀ ਜੀ ਜਿਹੜੀ ਇੱਕ ਕਲਾਈਮੇਟ ਚੇਂਜ ਹੋ ਰਹੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਇਦੇ ਵਿੱਚ ਕਾਰਬਨ ਡਾਈਆਕਸਾਈਡ ਇਮਿਸ਼ਨਸ ਦਾ ਕੋਈ ਰੋਲ ਨਹੀਂ ਹੂੰ ਉਸ ਗੱਲ ਨੂੰ ਫਿਰ ਆਧਾਰ ਬਣਾ ਕੇ ਕੈਵਨ ਫਾਲਕਨ ਨੇ ਇਹਨਾਂ ਨੂੰ ਪਾਰਟੀ ਤੋਂ ਬਾਹਰ ਕਰਤਾ ਸੀ ਕਿਉਂਕਿ ਉਹ ਤੱਥਾਂ ਦੇ ਆਧਾਰ ਤੇ ਗੱਲ ਨਹੀਂ ਸੀ ਹਾਂ ਸੋ ਇਸ ਕਰਕੇ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਬੜੀ ਜ਼ਰੂਰੀ ਹੈ ਜੀ ਤੇ ਉਸ ਤੋਂ ਬਾਅਦ ਹੁਣ ਜਦੋਂ ਇਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਕੱਲ ਕਿ ਮੈਂ ਬੀਸੀ ਕੰਸਰਵੇਟਿਵਸ ਦੇ ਵਿੱਚ ਸ਼ਾਮਲ ਹੋ ਰਿਹਾ ਉਦੋਂ ਉਹਨਾਂ ਨੇ ਕੱਲ ਟਵੀਟ ਵੀ ਕੀਤੀ ਇੱਕ ਕਹਿੰਦੇ ਵੀ ਮੈਂ ਵੈਕਸੀਨ ਮੰਡੇਟਸ ਦੇ ਬਿਲਕੁਲ ਖਿਲਾਫ ਹਾਂ ਤੇ ਮੈਂ ਟਰੱਕਰਸ ਦੇ ਸਮਰਥਨ ਵਿੱਚ ਹੂੰ ਹੂੰ ਆ ਸੋ ਜਿਹੜੇ ਪਰਦਰਸ਼ਨ ਕਰ ਰਹੇ ਨੇ ਬੇਸਿਕਲੀ ਉਹਨਾਂ ਦੇ ਉਹਨਾਂ ਨੇ ਟਰੱਕਰਸ ਲਿਖਿਆ ਬਟ ਹੀ ਮੈਨ ਫ੍ਰੀडम ਕਨvoi ਫ੍ਰੀडम ਕਨvoi ਵਾਲੇ ਜਿਹੜੇ ਪ੍ਰੋਟੈਸਟਰਸ ਨੇ ਸੋ ਆਪਣੇ ਆਪ ਨੂੰ ਬਿਲਕੁਲ ਰਾਈਟ ਦੇ ਨਾਲ ਅਲਾਈਨ ਕਰ ਲਿਆ ਹੁਣ ਜੌਨ ਰਸਟਾਟ ਨੇ ਤੇ ਇਹਨਾਂ ਨੇ ਜਿਹੜੀ ਵਿਜੇ ਜੀ ਹੁਣ ਇਹਦੇ ਵਿੱਚ ਮੇਨ ਗੱਲ ਇਹ ਹੈ ਵੀ ਇਹ ਵੱਡੀ ਖਬਰ ਕਿਉਂ ਆ ਹਮ ਕੰਸਰਵੇਟਿਵ ਪਾਰਟੀ ਨੂੰ ਆਫੀਸ਼ੀਅਲ ਪਾਰਟੀ ਸਟੇਟਸ ਮਿਲ ਜਾਏਗਾ ਜੇਕਰ ਇੱਕ ਹੋਰ ਐਮਐਲਏ ਵੀ ਜੁੜ ਗਿਆ ਹਾਂ ਹਾਂ ਜੇ ਉਹਨਾਂ ਕੋਲ ਦੋ ਐਮਐਲਏ ਹੋ ਜਾਣਗੇ ਜਿਵੇਂ ਕਿ ਬੀਸੀ ਦੀ ਗ੍ਰੀਨ ਪਾਰਟੀ ਦੇ ਦੋ ਐਮਐਲਏ ਨੇ ਹਾਂ ਸੋ ਉਹਨਾਂ ਕੋਲ ਆਫੀਸ਼ੀਅਲ ਪਾਰਟੀ ਸਟੇਟਸ ਬਜਟ ਬੜਾ ਵੱਜ ਜਾਂਦਾ ਹਾਂ ਸੋ ਉਹ ਵੀ ਚੀਜ਼ ਹੈ ਤੇ ਜਿਹੜੀ ਹੈਗੀ ਪਰ ਵੋਟ ਅਲੋਕੇਸ਼ਨ ਉਹ ਮੈਂ ਦੇਖ ਰਿਹਾ ਸੀ ਵੀ ਉਹਦਾ ਅਫੀਸ਼ੀਅਲ ਪਾਰਟੀ ਸਟੈਟਸ ਨਾਲ ਕੋਈ ਲੈਣਾ ਦੇਣਾ ਨਹੀਂ ਸੋ ਬੀਸੀ ਕੰਸਰਵੇਟਿਵਸ ਅਜੇ ਵੀ ਉਹਦੇ ਵਾਸਤੇ ਐਲੀਜੀਬਲ ਹੈਗੇ ਨੇ ਜਿਹੜੀ ਪਰ ਵੋਟ ਸਬਸਿਡੀ ਮਿਲਦੀ ਹੈ ਵੀ ਕਿੰਨੀਆਂ ਪਿਛਲੇ ਇਲੈਕਸ਼ਨਸ ਤੁਹਾਨੂੰ ਵੋਟਾਂ ਪਈਆਂ ਸੀ ਪਰ ਵੋਟ ਅਲਾਉਂਸ ਕਹਿੰਦੇ ਉਹਨੂੰ ਤੇ ਉਹਦੇ ਵਿੱਚ ਹੈਗਾ ਕਿ ਜੇ ਤੁਹਾਨੂੰ ਟੋਟਲ ਜਿੰਨੀਆਂ ਵੋਟਾਂ ਪਈਆਂ ਇਲੈਕਸ਼ਨ ਦੇ ਵਿੱਚ ਉਹਦਾ ਜੇ 2% ਹਾਸਲ ਹੋਇਆ ਤਾਂ ਫਿਰ ਤੁਸੀਂ ਐਲੀਜੀਬਲ ਹੋ ਜਾਂ ਫਿਰ ਇੱਕ ਕੌਨਸਟਿਟੂਐਂਸੀ ਦੀ ਜੇ ਗੱਲ ਕਰ ਰਹੇ ਹੋ ਇਪਰ ਡਿਸਟ੍ਰਿਕਟ ਜੇ ਗੱਲ ਕਰ ਰਹੇ ਹਾਂ ਤੇ ਉਸ ਉਸ ਇਲਾਕੇ ਦੇ ਵਿੱਚ ਤੁਹਾਨੂੰ ਜੇ 5% ਵੋਟ ਪਈ ਹੈ ਫਿਰ ਤੁਸੀਂ ਐਲੀਜੀਬਲ ਹੋ ਬੀਸੀ ਕੰਸਰਵੇਟਿਵਸ ਐਲੀਜੀਬਲ ਹੈਗੇ ਨੇ ਕਿਉਂਕਿ ਹਾਲ ਹੀ ਵਿੱਚ ਜਿਹੜੀਆਂ ਬਾਈਪੋਲਸ ਹੋਈਆਂ ਖਾਸ ਤੌਰ ਤੇ ਉਹ ਜੇ ਅਸੀਂ ਭਾਵੇਂ ਗੱਲ ਕਰ ਲਈਏ ਸਾਊਥ ਸਰੀ ਦੀ ਜਾਂ ਫਿਰ ਬੈਂਕੂਵਰ ਕਿਲ ਚੈਨਾ ਵਾਲੀ ਰਾਈਡਿੰਗ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਹੋਇਆ ਜੀ ਸਾਊਸਰੀ ਵਿੱਚ ਇਹਨਾਂ ਨੂੰ 12% ਵੋਟ ਮਿਲ ਗਈ ਸੀ 12% ਦੈਟਸ ਹਿਊਜ ਦੈਟਸ ਮੋਰ ਦਨ ਦ ਗ੍ਰੀਨ ਪਾਰਟੀ ਹਾਂਜੀ ਤੇ ਵੈਂਕੂਵਰ ਕੁਲਚਨਾ ਦੇ ਵਿੱਚ 7% ਵੋਟ ਮਿਲ ਗਈ ਸੀ ਐਂਡ ਵੈਲਕੋ ਵੈਂਕੂਵਰ ਕੁਲਚਨਾ ਦੇ ਵਿੱਚ ਉਦੋਂ 7% ਵੋਟ ਲੈ ਗਏ ਜਦੋਂ ਬਾਇ ਇਲੈਕਸ਼ਨ ਦੇ ਵਿੱਚ ਕੇਵਿਨ ਫਾਲਕਨ BC ਲਿਬਰਲ ਪਾਰਟੀ ਦੇ ਨਵੇਂ ਬਣੇ ਲੀਡਰ ਇਲੈਕਸ਼ਨ ਲੜ ਰਹੇ ਸੀ ਜੋ ਕਿ ਪਤਾ ਸੀ ਕਿ ਹੀ ਵਾਸ ਦ ਕਲੀਅਰ ਵਿਨਰ ਕਿਉਂਕਿ BC ਲਿਬਰਲਸ ਦੀ ਸੇਫ ਸੀਟ ਹੈ ਐਂਡਰੂ ਵੈਲਕਨਸਨ ਨੇ ਸੀਟ ਖਾਲੀ ਕੀਤੀ ਸੀ ਤਾਂ ਕਿ ਨਵੇਂ ਬਣੇ ਲੀਡਰ ਐਮ ਐਲ ਏ ਬਣ ਕੇ ਵਿਧਾਨ ਸਭਾ 'ਚ ਪਹੁੰਚਣ ਯੋਗ ਹੋ ਤਾਂ ਹੁਣ ਸੋ ਕੇ ਦਾ ਵੀ BC ਕੰਜ਼ਰਵੇਟਿਵ ਵੈਨਕੂਵਰ ਕੁਲਚਿਨਾ ਦੇ ਵਿੱਚ 7% ਵੋਟਾਂ ਹਾਸਲ ਕਰ ਲਈ। ਯਾ ਕਹਿ ਲੋ ਵੀ ਉਸੇ ਕਾਰਨ ਕਰਕੇ ਮੇਰੇ ਕੋਲ ਜ਼ੋਰ ਜ਼ਿਆਦਾ ਲਗਾਇਆ ਗਿਆ ਕਿ ਕੈਵਨ ਫਾਲਕਨ ਖੜੇ ਨਹੀਂ ਤੇ ਇਸ ਕਰਕੇ BC ਕੰਜ਼ਰਵੇਟਿਵਸ ਨੇ ਉਹਨਾਂ ਦੀਆਂ ਵੋਟਾਂ ਤੋੜਨ ਲਈ ਜ਼ਿਆਦਾ ਉੱਥੇ ਜ਼ੋਰ ਲਗਾਇਆ ਹੋਵੇਗਾ। ਪੋਲਿਟਿਕਸ ਇਟ ਵਰਕਸ ਇਨ ਵੀਅਰਡ ਵੇਜ਼। ਤੇ ਇਹਦੇ ਵਿੱਚ ਹੁਣ ਕੈਵਨ ਫਾਲਕਨ ਨੂੰ ਪੁੱਛਿਆ ਗਿਆ ਵੀ ਕੀ ਤੁਹਾਨੂੰ ਇਸ ਗੱਲ ਦਾ ਹੁਣ ਡਰ ਹੈਗਾ ਕਿ ਬਾਕੀ ਜਿਹੜੇ ਤੁਹਾਡੇ ਐਮਐਲਏਜ਼ ਨੇ ਉਹਨਾਂ ਨੂੰ ਪੱਟਣ ਦੀ ਕੋਸ਼ਿਸ਼ ਨਾ ਕਰਨ ਜੌਨ ਰਸਟੈਟ ਉਹ ਕਹਿੰਦੇ ਨਹੀਂ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਜਿਹੜੇ ਐਮਐਲਏ ਨੇ ਕਹਿੰਦੇ ਉਹ ਅਸੀਂ ਬੜੇ ਸਿਕਿਉਰ ਆ ਕਿ ਬੀਸੀ ਦੇ ਵਿੱਚ ਕਹਿੰਦੇ ਕੋਈ ਵੀ ਬ੍ਰਿਟਿਸ਼ ਕੋਲੰਬੀਅਨ ਆਪਣੇ ਆਪ ਨੂੰ ਫਾਰ ਲੈਫਟ ਜਾਂ ਫਾਰ ਰਾਈਟ ਨਾਲ ਅਲਾਈਨ ਨਹੀਂ ਕਰਨਾ ਚਾਹੁੰਦਾ ਉਹ ਕਹਿੰਦੇ ਬ੍ਰਿਟਿਸ਼ ਕੋਲੰਬੀਅਨਸ ਫਾਰ ਰਾਈਟ ਨੂੰ ਪਸੰਦ ਨਹੀਂ ਕਰਦੇ ਤੇ ਕਹਿੰਦੇ ਇਹ ਗਲਤ ਪੱਤਾ ਖੇਡਿਆ ਜੌਨ ਰਿਸਟਾਡ ਨੇ ਤੇ ਸਾਡੀ ਕਹਿੰਦੇ ਪਾਰਟੀ ਦਾ ਕੋਈ ਵੀ ਹੋਰ ਐਮਐਲਏ ਮੈਂ ਕੌਨਫੀਡੈਂਟਾਂ ਛੱਡ ਕੇ ਨਹੀਂ ਜਾਏਗਾ ਉਹਨੇ ਗੱਲ ਜ਼ਰੂਰ ਕੀਤੀ ਹੋਣੀ ਸਾਰਿਆਂ ਨਾਲ ਤੇ ਦੇਖੋ ਹਰ ਗਰੁੱਪ ਦੇ ਵਿੱਚ ਨਾ ਕੋਈ ਨਾ ਕੋਈ ਇੱਕ ਵਿਅਕਤੀ ਅਜਿਹਾ ਹੁੰਦਾ ਜਿੱਤੋਂ ਤੁਹਾਨੂੰ ਹੁੰਦਾ ਯਾਰ ਪਿਛਲੀ ਵਾਰ ਇਦਾਂ ਗੱਲ ਹੋਈ ਸੀ ਆ ਨਰਾਜ਼ ਹੋ ਗਿਆ ਸੀ ਜਾਂ ਇਹਨਾਂ ਨੂੰ ਐ ਨਾ ਲੱਗਿਆ ਹੋਵੇ ਇਗਨੋਰ ਹੋ ਗਿਆ ਉਹਨਾਂ ਨੂੰ ਸਭ ਤੋਂ ਪਹਿਲਾਂ ਕੇਵਿਨ ਫਾਲਕਨ ਨੇ ਫੋਨ ਕੀਤਾ ਹੋਣਾ ਹੋਰ ਬਈ ਕੀ ਹਾਲ ਚਾਲ ਜੀ ਕਿਉਂਕਿ ਜੇ ਇੱਕ ਵੀ ਵਿਅਕਤੀ ਹੋਰ ਡਿਫੈਕਟ ਕਰ ਜਾਂਦਾ ਤੇ ਇਹ ਵਾਸਤੇ ਜੀ ਬਹੁਤ ਵੱਡੀ ਪ੍ਰੋਬਲਮ ਹੋ ਜਾਣੀ ਆ ਫਾਰ ਫਾਰ ਬੀਸੀ ਲਿਬਰਲਸ ਆਲਰੇਡੀ ਹੁਣ ਆਇਡੈਂਟੀਟੀ ਕ੍ਰਾਈਸਿਸ ਇਹ ਕਹਿ ਲਓ ਕਈਆਂ ਦਾ ਇਹ ਮੰਨਣਾ BC ਲਿਬਰਲਸ ਨੇ ਆਇਡੈਂਟੀਟੀ ਕ੍ਰਾਈਸਿਸ ਆਪ ਹੀ ਸਹੇੜ ਲਿਆ ਜਿਹੜਾ ਪਾਰਟੀ ਨੂੰ ਨਵਾਂ ਨਾਮ ਦੇਣਾ ਜੀ BC ਯੂनाइटेड ਹੋਊਗਾ ਹੁਣ ਅਗਲੇ ਇਲੈਕਸ਼ਨ ਤੋਂ ਪਹਿਲਾਂ ਕੀ ਸੱਚਮੁੱਚ BC ਯੂनाइटेड ਦੇ ਬੈਨਰ ਹੇਠ ਚੋਂ ਲੜਨਗੇ ਜਾਂ ਫਿਰ BC ਲਿਬਰਲਸ ਦੇ ਨਾਂ ਹੇਠ ਹੀ ਚੋਂ ਲੜੀ ਜਾਣੀ ਆ ਉਹ ਲੈਦੇ ਚੈਲੰਜੇਸ ਨੇ ਇਸ ਵੇਲੇ ਵੈਸੇ ਵੀ ਜਿੰਨੇ ਵੀ ਵੱਖੋ ਵੱਖਰੇ ਸਰਵੇਖਣ ਵੀ ਆਉਂਦੇ ਨੇ ਹਾਲਾਂਕਿ ਅਸੀਂ ਕੱਲ ਹੀ ਗੱਲ ਕਰਦੇ ਸੀ ਡੇਵੀਡ ਵੀ ਨੇ ਕਿਹਾ ਤਾਂ ਵੀ ਇਸ ਸਾਲ ਇਲੈਕਸ਼ਨ ਨਹੀਂ ਕਰਾਉਣਾ अर्ਲੀ ਇਲੈਕਸ਼ਨ ਨਹੀਂ ਹੋਣਾ ਅਗਲੇ ਸਾਲ 19 ਅਕਤੂਬਰ 2024 ਉਹ 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 ਡਿਊ ਡੇਟ ਆ ਇਲੈਕਸ਼ਨ ਦੀ ਵੀ ਉਦੋਂ ਹੀ ਚੋਣਾ ਹੋਣਗੀਆਂ ਪਰ ਜੇ ਕਿਤੇ ਛੇਤੀ ਇਲੈਕਸ਼ਨ ਅੱਜ ਦੀ ਤਾਰੀਖ ਦੇ ਵਿੱਚ ਹੁੰਦਾ ਤਾਂ BCNDP ਦੀ ਸਥਿਤੀ ਬਿਹਤਰ ਨਜ਼ਰ ਆ ਰਹੀ ਆ ਸੋ ਇਸ ਕਰਕੇ ਹੁਣ ਦੇਖਣਾ ਹੋਵੇਗਾ ਚਲੋ ਪਰ ਜான் ਰਸਟਡ ਨੇ ਹੁਣ BC ਕੰਜ਼ਰਵੇਟਿਵ ਪਾਰਟੀ ਦਾ ਖਾਤਾ ਖੋਲ ਦਿੱਤਾ ਉਹ 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 ਪਾਰਟੀ ਨੂੰ ਜੁਆਇਨ ਕਰਕੇ ਮੈਨ ਇਹਦਾ ਨਾ ਫਰਕ ਇਹ ਪੈਣਾ ਕਿ ਲੈਜਿਸਲੇਚਰ ਦੇ ਵਿੱਚ ਉਹਨਾਂ ਨੂੰ ਸੀਟ ਮਿਲ ਗਈ ਹੈ ਤੇ ਹੁਣ ਬਜਟ ਆ ਗਿਆ ਤੇ ਬਜਟ ਦੇ ਉੱਤੇ ਕੋਈ ਜੋ ਡਿਸਕਸ਼ਨ ਹੋਏਗੀ ਉਹਨਾਂ ਨੂੰ ਵੀ 2-4 ਮਿੰਟ ਮਿਲ ਜਾਇਆ ਕਰਨਗੇ ਬੋਲਣ ਲਈ ਤੇ ਉਹ ਆਪਣੀ ਗੱਲ ਪ੍ਰੈਜੈਂਟ ਕਰ ਸਕਣਗੇ ਹੁਣ ਆਮ ਤੌਰ ਤੇ ਆਈ ਐਮ ਵੈਰੀ ਸ਼ੋਰ ਕਿ ਮੋਸਟ ਆਫ ਦ ਬ੍ਰਿਟਿਸ਼ ਕੋਲੰਬੀਅਨਸ ਉਹਨਾਂ ਨੂੰ ਪਤਾ ਵੀ ਨਹੀਂ ਸੀ ਹੁਣ ਕਿ BC ਕੰਸਰਵੇਟਿਵ ਪਾਰਟੀ ਵੀ ਹੈਗੀ ਹੈ ਤੇ ਹੁਣ ਉਹ ਐਟਲੀਸਟ ਥੋੜਾ ਜਿਹਾ ਨਾਮ ਉਹਦੇ ਬਾਰੇ ਗੱਲ ਹੋਣੀ ਸ਼ੁਰੂ ਹੋ ਜਾਏਗੀ ਜਦੋਂ ਉਹ ਫਲੋਰ ਤੇ ਖੜ ਕੇ ਕੋਈ ਗੱਲ ਕਰਨਗੇ ਉਹਦਾ ਫਿਰ ਉਹ ਬਿਆਨ ਜਾਰੀ ਹੋਏਗਾ ਮੀਡੀਆ ਦੇ ਜਾਏਗੀ ਤਾਂ ਇੱਕ ਫੈਮਿਲੀਅਰਿਟੀ ਵਧੇ ਉਹਦੇ ਨਾਲ ਫਿਰ ਪਾਰਟੀ ਨੂੰ ਫਾਇਦਾ ਹੁੰਦਾ ਵੋਟ ਸ਼ੇਅਰ ਵੀ ਵਧਦਾ ਹੁੰਦਾ ਹੈ ਇਹਦੇ ਨਾਲ ਪਾਰਟੀ ਨੂੰ ਜਿੱਥੇ ਕੰਜ਼ਰਵੇਟਿਵ ਬੀਸੀ ਕੰਜ਼ਰਵੇਟਿਵਿਜ਼ ਨੂੰ ਫਾਇਦਾ ਹੋਣਾ ਐਨਡੀਪੀ ਨੂੰ ਹੋਰ ਜ਼ਿਆਦਾ ਫਾਇਦਾ ਹੋਣਾ ਕਿਉਂਕਿ ਬੀਸੀ ਕੰਜ਼ਰਵੇਟਿਵਸ ਨੇ ਜਿਵੇਂ ਕਿ ਅਸੀਂ ਹੁਣੇ ਗੱਲ ਵੀ ਕਰਕੇ ਹਟੇ ਆਂ ਕਿ ਜਿਹੜੇ ਵੱਖੋ ਵੱਖਰੇ ਇਲੈਕਸ਼ਨਜ਼ ਹੋਏ ਉਹਦੇ ਵਿੱਚ ਵੋਟਾਂ ਉਹਨਾਂ ਨੇ ਤੋੜੀਆਂ ਨਹੀਂ ਲਿਬਰਲਸ ਦੀਆਂ ਐਨਡੀਪੀ ਵਾਲਾ ਬੀਸੀ ਕੰਜ਼ਰਵੇਟਿਵ ਨੂੰ ਵੋਟ ਪਾਵੇ ਅਸਾਰ ਬੜੇ ਘੱਟ ਨੇ ਪਰ ਬੀਸੀ ਲਿਬਰਲ ਦਾ ਸਮਰਥਕ ਬੀਸੀ ਕੰਜ਼ਰਵੇਟਿਵਸ ਵੱਲ ਜਾਣ ਦੇ ਪੂਰੇ ਪੂਰੇ ਸਟਰੋਂ ਕੇ ਕੌਰ ਜੀ ਦਾ ਮੈਸੇਜ ਆਇਆ ਕਿ ਉਹ ਦੱਸ ਰਹੇ ਨੇ ਅੱਜ ਉਹਨਾਂ ਦੇ ਬੇਟੇ ਅਗਮਵੀਰ ਦਾ 6ਵਾਂ ਜਨਮ ਦਿਨ ਹੈ ਆ ਵੈਰੀ ਵੈਰੀ ਹੈਪੀ ਬਰਥਡੇ ਟੂ ਅਗਮਵੀਰ ਬਹੁਤ ਬਹੁਤ ਮੁਬਾਰਕਾਂ ਹੋਣ ਅਗਮਵੀਰ ਹੈਪੀ ਬਰਥਡੇ ਜਿਹੜੀ ਫੇਸਬੁੱਕ ਵਾਲੀ ਹਾਂਜੀ ਤੁਸੀਂ ਕੁਝ ਕਹਿਣ ਲੱਗੇ ਬੋਲੋ ਬੋਲੋ ਤੁਸੀਂ ਬੋਲੋ ਸੋ ਫੇਸਬੁੱਕ ਤੇ ਜਿਹੜੀ ਲਾਈਵ ਸਟ੍ਰੀਮ ਚੱਲ ਰਹੀ ਹੈ ਬਹੁਤ ਸਾਰੇ ਮੈਸੇजेस ਆ ਰਹੇ ਨੇ ਸੁਖਜੀਤ ਕੋਹਲਿਆ ਜੀ ਦਾ ਮੈਸੇਜ ਆਇਆ ਤੇ ਅੱਛਾ ਉਹਨਾਂ ਨੇ ਵੀ ਦੱਸਿਆ ਕਹਿੰਦੇ ਕਿ ਉਹਨਾਂ ਦੇ ਬੇਟੇ ਏਕਮ ਗਿੱਲ ਦਾ ਅੱਜ ਜਨਮ ਦਿਨ ਹੈ ਸੋ ਵੈਰੀ ਵੈਰੀ ਹੈਪੀ ਬਰਥਡੇ ਟੂ ਏਕਮ ਵਾਦੂ ਮਰਕਾ ਹਉਣੇ ਕਮ ਹੈਪੀ ਬਰਥਡੇ ਤੈ ਮੰჯਿੰਦਰ ਹੇਰ ਜੀ ਨਕੋਦਰੋਂ ਅੱਜ ਨੇ ਗੁੱਡ ਮਾਰਨਿੰਗ ਲੈ ਕੇ ਪੇਸ਼ ਹੋਏ ਆ ਸਮਨਜਿੰਦਰ ਜੀ ਨਕੋਦਰ ਗਏ ਹੋਏ ਨੇ ਦੱਸਿਓ ਜੀ ਕੀ ਹਾਲ ਚਾਲ ਆ ਸਾਡੇ ਸ਼ਹਿਰ ਦਾ ਤੁਸੀਂ ਨਕੋਦਰ ਦਾ ਜੇ ਐਗਜ਼ੈਕਟ ਉਹ ਵੀ ਦੱਸ ਦੋ ਵੀ ਕਿਹੜੀ ਗਲੀ ਦੇ ਵਿੱਚੋਂ ਕਿੱਥੇ ਹੈਗੇ ਹੋ ਲਾਈਕ ਵਾਟ ਪੁਆਇੰਟ ਵਾਸੂ ਜੀ ਨੇ ਉਹਦਾ ਨਕਸ਼ਾਵਾ ਦੇਣਾ ਨਹੀਂ ਨਹੀਂ ਚਲੋ ਨਾ ਸਿਓ ਸਿਕਿਉਰਿਟੀ ਕੰਸਰਨ ਹੈ ਦਲਵਿੰਦਰ ਨਾਗਰਾ ਜੀ ਦਾ ਮੈਸੇਜ ਆ ਗੁੱਡ ਮਾਰਨਿੰਗ ਕਹਿ ਰਹੇ ਨੇ ਇੰਦਰ ਜੀ ਸੰਗਾ ਜੀ ਹਿਮੰਤ ਰਿਹਨ ਜੀ ਦਲਵਿੰਦਰ ਨਾਗਰਾ ਜੀ ਅ اچھا ਉਹਨਾਂ ਦਾ ਮੈਸੇਜ ਆਇਆ ਕਹਿੰਦੇ ਹੈਪੀ ਬਰਥਡੇ ਸੀਤਾ ਚਾਚਾ ਉਹਨਾਂ ਦੇ ਚਾਚਾ ਜੀ ਨੇ ਕੋਈ ਸੀਤਾ ਚਾਚਾ ਵਾਸਤੇ ਵੀ ਤਾਲੀਆਂ ਸੁਖਦੇਵ ਵਿਰਕ ਜੀ ਲੱਕੀ ਰੰਦਾਵਾ ਜੀ ਉਪਲ ਜੱਟ ਜੀ ਮਨਦੀਪ ਸਿੰਘ ਪਾਸਲਾ ਸ਼ੋਕਰ ਜੀ ਸੁਰਿੰਦਰ ਸਿੰਘ ਜੀ ਪੁਸ਼ਪਿੰਦਰ ਵਿਰਕ ਜੀ ਲਖਵੀਰ ਕੌਰ ਜੀ ਬੀਰਬਲ ਦਾਸ ਜੀ ਰਿੰਕੂ ਚੋਹਾਨ ਜੀ ਗਹਿਰੀ ਪੰਨੂ ਜੀ ਸਾਰਿਆਂ ਦਾ ਹੀ ਸਵਾਗਤ ਹੈ ਬਹੁਤ ਸਾਰੇ ਮੈਸੇਜਸ ਹੋਰ ਵੀ ਆਏ ਨੇ ਸਾਰੇ ਨਾਂ ਨਹੀਂ ਪੜ੍ਹ ਹੋਣੇ ਜੀ ਮੈਂ ਮਾਫੀ ਚਾਹੁੰਦਾ ਪਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸਾਰਿਆਂ ਦਾ ਸਵਾਗਤ ਹੈ ਵਸੋ ਜੀ ਇੱਥੇ ਬੀਰ ਕਰਨ ਸੰਘਾਰੀ ਦਾ ਮੈਸੇਜ ਆਇਆ ਉਪਰਲੀ ਇਹ ਕਹਿੰਦੇ ਜੀ ਮੈਂ ਉਹ ਲੈ ਚਲੋ ਹਰੋਣੇ ਕਹਿ ਜੇ ਮੇਰਾ ਨਾਂ ਨਾ ਬੋਲੇ ਹੁਣ ਰਹਿਣ ਦਿੰਨੇ ਆ ਹੁਣ ਇਹਨਾਂ ਨੇ ਪਿਆਜ ਲਿਖਿਆ ਡੋਨਟ ਸੇ ਹਾਨੇ ਬਿਲਕੁਲ ਸੰਗੈ ਤੁਹਾਡਾ ਸਵਾਗਤ ਹੈ ਪਰ ਜਿਹੜੀ ਇਹਨਾਂ ਨੇ ਗੱਲ ਆਖੀ ਤੁਹਾਡਾ ਬਹੁਤ ਧੰਨਵਾਦ ਇਹ ਉਹੀ ਗੱਲਾਂ ਨੇ ਜਿਹੜੀਆਂ ਸਾਡੇ ਵਾਸਤੇ ਊਰਜਾ ਦਾ ਟੋਨਿਕ ਬਣਦੀਆਂ ਨੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਜੀ ਦੇਖੋ ਨਕੋਦਰ ਬਾਰੇ ਅਸੀਂ ਸਵਾਲ ਪੁੱਛਿਆ ਸੀਗਾ ਨਾਗਰਾ ਹੇਰ ਸਾਹਿਬ ਨੂੰ ਮਹਿੰਦਰ ਹੇਰ ਜੀ ਨੂੰ ਤੇ ਜਵਾਬ ਦੇਖੋ ਹੋਰਾਂ ਜਗਾਂ ਤੋਂ ਆਨੇ ਸ਼ੁਰੂ ਹੋ ਗਏ ਅਸ਼ਦੀਪ ਸਿੰਘ ਜੀ ਦਾ ਮੈਸੇਜ ਆਇਆ ਕਹਿੰਦੇ ਨਕੋਦਰ ਵਰਗਾ ਨਹੀਂ ਕੋਈ ਦਰ ਤੇ ਮਨਦੀਪ ਸਿੰਘ ਪਾਸਲਾ ਸ਼ੋਕਰ ਜੀ ਦਾ ਮੈਸੇਜ ਆਇਆ ਕਹਿੰਦੇ ਨਕੋਦਰ ਦੀਆਂ ਸੜਕਾਂ ਹੁਣ ਬਿਹਤਰ ਹੋ ਗਈਆਂ ਨੇ ਅੱਛਾ ਹਾਂ ਸੋ ਨਕੋਦਰ ਬੜੀ ਬੜੀ ਜਾਣਕਾਰੀ ਨਕੋਦਰਵਾਜਾ ਮਾਰਦਾ ਵਸੇ ਤੁਹਾਨੂੰ ਹਾਂ ਤੇ ਦੇ ਲਓ ਮੈਂ ਛੁੱਟੀ ਲੈ ਲਈ ਤੁਸੀਂ ਔਖੇ ਹੋਣਾ ਮੈਂ ਤਾਂ ਚੱਜਾਂ ਹਾਂ ਯੂ ਡਿਸਰਵ ਹਾਲਡ ਬ੍ਰਦਰ ਨੋ ਨੋ ਆਲ ਆਫ ਹਾਂ ਜੀ ਆਹ ਯਾ ਹੁਣ ਐ ਕਰੀਏ ਚਲੋ ਅੱਗੇ ਦਾ ਰੁਕੀਏ ਉਹ ਨਹੀਂ ਅੱਗੇ ਦਾ ਰੁਕ ਕਰਨ ਤੋਂ ਪਹਿਲਾਂ ਇਹ ਤਾਂ ਦੱਸ ਦਈਏ ਕਿ ਵਿਰ ਕਿਚਨ ਕੈਬਿਨੇਟਸ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਤੇ ਵਿਰ ਕਿਚਨ ਕੈਬਿਨੇਟਸ ਤੋਂ ਤੁਸੀਂ ਕਸਟਮਾਈਜ਼ਡ ਤੇ ਕਸਟਮਾਈਜ਼ਡ ਕੈਬਿਨੇਟਸ ਮੈਨੂਫੈਕਚਰ ਤੇ ਇੰਸਟਾਲ ਕਰਵਾ ਸਕਦੇ ਹੋ ਇਸ ਵੇਲੇ ਸਕਿਲਡ ਵਰਕਰ ਜ਼ਾਹਰ ਕਰ ਰਹੇ ਨੇ 25 ਤੋਂ 30 ਡਾਲਰ ਪਰ ਆਵਰ ਪੇ ਕਰਨਗੇ 2 ਸਾਲ ਦੇ ਤਜਰਬੇ ਵਾਲੇ ਨੂੰ ਤਰਜੀਹ ਦਿੱਤੀ ਜਾਏਗੀ ਅਪਲਾਈ ਕਰਨ ਲਈ ਕਾਲ ਕਰੋ 60483484756048348475 ਸਰੀ ਦੇ ਵਿੱਚ 131 ਸਟ੍ਰੀਟ ਤੇ 84 ਐਵੇਨਿਊ ਤੇ ਵਿਰ ਕਿਚਨ ਕੈਬਿਨੇਟਸ ਦਾ ਕਾਰਖਾਨਾ ਤੇ ਸ਼ੋਰੂਮ ਹੈ ਨਾਲ ਹੀ ਸਾਨੂੰ हेयर कट ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪான்ਸਰ ਨੇ ਲੌਂਗ ਵੀਕਐਂਡ ਆ ਗਿਆ ਤੇ ਲੌਂਗ ਵੀਕਐਂਡ ਵਾਸਤੇ ਜੇ ਤੁਸੀਂ ਤਿਆਰੀਆਂ ਖਿੱਚਣੀਆਂ ਜਾਂ ਜੇ ਕਿਤੇ ਕੋਈ ਫੈਮਿਲੀ ਗੈਥਰਿੰਗ ਹੈ ਪਾਰਟੀ ਵਗੈਰਾ ਤੁਹਾਨੂੰ ਹਰ ਕੋਈ ਇਹ ਕਹਿੰਦਾ ਵੀ ਯਾਰ हेयर ਇਨੂੰ ਥੋੜਾ ਸੈਟ ਸਟ ਕਰੋ ਸੋ ਨੂੰ హెయిర్ ਕਟ ਵਾਲਿਆਂ ਕੋਲ ਆ ਜਾਓ ਤੇ ਇਹ ਬਹੁਤ ਆਲਾ ਦਰਜੇ ਦਾ హెయిర్ ਸਟਾਈਲ ਤੁਹਾਨੂੰ ਬਣਾ ਕੇ ਦੇਣਗੇ ਤੁਹਾਡੀ ਮਰਜ਼ੀ ਦੇ ਖਿਲਾਫ ਨਹੀਂ ਤੁਹਾਡੀ ਸਲਾਹ ਦੇ ਨਾਲ ਹੀ ਨੌ ਲొਕੇਸ਼ਨਸ ਨੇ ਇਹਨਾਂ ਦੀਆਂ ਜਿਨ੍ਹਾਂ ਦੇ ਵਿੱਚੋਂ ਚਾਰ ਲొਕੇਸ਼ਨਸ ਸਰੀ ਦੇ ਵਿੱਚ ਨੇ ਇੱਕ ਲొਕੇਸ਼ਨ ਵਲ ਸਰੀ ਦੇ ਵਿੱਚ ਚਾਰ ਕਹੀਏ ਪੰਜ ਕਹੀਏ ਚਾਰ ਨੇ ਸਰੀ 'ਚ ਚਾਰ ਹੀ ਨੇ ਚਾਰ ਨਹੀਂ ਚਾਰ ਨੇ ਆ ਇੱਕ ਡੈਲਟਾ ਚ ਨਾ ਪੰਜਵੀਂ ਡੈਲਟਾ ਚ ਉਹ ਡੈਲਟਾ ਆ ਰਹੀ ਐ ਸਸ ਚਾਰ ਲొਕੇਸ਼ਨਸ ਸਰੀ 'ਚ ਨੇ ਇੱਕ ਕੈਬਰਟਸਫਰਚ ਦੋ ਲొਕੇਸ਼ਨਸ ਵੈਂਕੂਵਰ 'ਚ ਇੱਕ ਲੈਂਗਲਿਸ਼ ਤੇ ਇੱਕ ਲొਕੇਸ਼ਨ ਹੈ ਡੈਲਟਾ ਦੇ ਵਿੱਚ ਤੁਸੀਂ ਤੇ ਲੋਕੀ ਗੱਲ ਕਰ ਰਹੇ ਹੋ। ਟਾਣੀ ਲੋਕੇਸ਼ਨ ਬੜੀ ਖਾਸ ਹੈ ਕਿਉਂਕਿ ਮੈਨੂੰ ਪਤਾ ਤੁਸੀਂ ਜਿਹੜੀ ਅੱਜ ਗੱਲ ਕਰਨ ਲੱਗੇ ਹੋ ਉੱਥੇ ਇੱਕ ਨਵਾਂ ਫੀਚਰ ਵੀ ਸ਼ੁਰੂ ਹੋਇਆ। ਇੱਕ ਤਾਂ ਵਿਗ ਵਿੰਗਰ ਤੇ ਨਾਲੇ ਹੁਣ ਤੁਸੀਂ ਟੈਟੂ ਵੀ ਬਣਵਾ ਸਕਦੇ ਹੋ ਜਾ ਕੇ। ਯਾਰ ਐਕਚੁਅਲੀ 10ਵੀਂ ਕਿੰਨਾ ਕੁਝ ਨਵਾਂ ਅੱਜ। 10ਵੀਂ ਲੋਕੇਸ਼ਨ ਖੁੱਲ ਗਈ ਹੈ ਇਹਨਾਂ ਦੀ। ਹੁਣ 10 ਲੋਕੇਸ਼ਨਸ ਹੋ ਗਈਆਂ ਨੇ। ਵਾਹ ਜੀ ਵਾਹ। ਉਹ ਜਿਹੜਾ ਆਪਾਂ ਕਹਿੰਦੇ ਸੀ ਨਾ ਵੀ ਸਰੀ ਚਾਰ ਨੇ ਕਿ ਪੰਜ ਨੇ ਐਕਚੁਅਲੀ ਕਲੋਵਰ ਡੇਲ 'ਚ ਖੁੱਲੀ ਲੋਕੇਸ਼ਨ। ਉਹ ਤੋਂ ਪੰਜ ਹੋ ਗਈਆਂ ਸੰਜ ਹੋ ਗਈਆਂ। 178 ਤੇ 64 ਤੇ ਕਲੋਵਰ ਡੇਲ ਦੇ ਵਿੱਚ ਨਵੀਂ ਲੋਕੇਸ਼ਨ ਤੁਸੀਂ ਹੇਅਰ ਕੱਟ ਦੇ ਨਾਲ ਨਾਲ ਹਾਂ ਟੈਟੂ ਵੀ ਪਵਾ ਸਕਦੇ ਹੋ ਇਹ ਮੈਂ ਗੱਲ ਸੁਣੀ ਸੀ ਹਾਂ ਸੋ ਹੁਣ ਟੈਟੂ ਵੀ ਬਣ ਜਾਂਦਾ ਕੀ ਬਾਤ ਹੈ ਸੋ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 604581 456536045814565 ਜਾਂ ਫਿਰ ਤੁਹਾਨੂੰ ਹੇਅਰ ਕਟ ਦੀ ਸਮਾਰਟਫੋਨ ਐਪ ਵੀ ਹੈਗੀ ਆ ਤੁਸੀਂ ਉੱਥੋਂ ਵੀ ਅਪਾਇੰਟਮੈਂਟ ਬੁੱਕ ਕਰਾ ਸਕਦੇ ਹੋ ਬਾਕੀ ਡੈਲਟਾ ਵਾਲੀ ਲੋਕੇਸ਼ਨ ਤੇ ਵਿਗ ਵਿੰਗ ਵੀ ਹੈਗਾ ਹਾਂ ਤੇ ਜਿਹੜੀ ਕਲੋਵਰ ਡੇਲ ਵਾਲੀ ਲੋਕੇਸ਼ਨ ਆ ਉੱਥੇ ਟੈਟੂ ਵਿੰਗ ਹੈਗਾ ਅੱਛਾ ਉੱਥੇ ਟੈਟੂ ਵਿੰਗ ਇਹੀ ਮਤਲਬ ਹੋਇਆ ਆਈ ਡੋਨਟ ਆਮ ਨਾਟ ਸ਼ੋਰ ਸੋ ਟੈਟੂ ਬਣ ਸਕਦਾ ਫੋਨ ਕਰਕੇ ਪੁੱਛ ਲਓ ਫੋਨ ਕਰਕੇ ਪੁੱਛ ਲਓ ਉਹਨਾਂ ਨੂੰ ਜੇ ਅਸੀਂ ਕਲੀਅਰਾਈਫਾਈ ਕਰਕੇ ਤੁਹਾਨੂੰ ਅਗਲੀ ਵਾਰੀ ਦੱਸ ਦਾਂਗੇ ਹਾਂ ਬਿਲਕੁਲ ਕਿ ਵੀ ਉਹ ਟੈਟੂ ਲੋਕੇਸ਼ਨ ਕਲੋਵਰ ਡੇਲ ਚ ਯਾ ਡੈਲਟਾ ਚ ਕਿੱਥੇ ਆ ਸ अच्छा हरवीर सिंह जी ਦਾ ਮੈਸੇਜ ਆਇਆ ਕਹਿੰਦੇ ਵਿਜੇ ਜੀ ਆਸਟ੍ਰੇਲੀਆ ਜਾ ਕੇ ਆਏ ਸੀ ਵਾਸੂ ਜੀ ਤੁਸੀਂ ਨਕੌਦਰ ਹੋਇਆ ਹੂੰ ਵਾਸੂ ਜੀ ਤੁਹਾਨੂੰ ਹੁਣ ਜਾਣਾ ਚਾਹੀਦਾ ਮੈਨੂੰ ਖੁਸ਼ੀ ਪਤਾ ਕਿਸ ਗੱਲ ਦੀ ਆ ਨਕੌਦਰ ਦਾ ਕੰਪੈਰੀਸ਼ਨ ਆਸਟ੍ਰੇਲੀਆ ਨਾਲ ਹੋਇਆ ਜਿੱਥੇ ਤੁਹਾਡੇ ਵਰਗੇ ਜਿੱਥੋਂ ਤੁਹਾਡੇ ਵਰਗੇ ਵਧੀਆ ਬੰਦੇ ਆਉਂਦੇ ਨੇ ਮੈਂ ਕਹਿੰਨਾ ਉਹ ਜਗਾ ਆਸਟ੍ਰੇਲੀਆ ਤੋਂ ਵੀ ਉੱਪਰ ਆ ਯਾਰ ਮੈਂ ਚਲੇ ਜਾਣਾ ਫਿਰ ਵਾਸੂ ਜੀ ਅੱਗੇ ਦਾ ਰਸ ਕਰੀਏ ਫਾਸਟ 5 ਫਾਸਟ 5 ਸੈਗਮੈਂਟ ਨੂੰ ਵਾਲੀਆ ਫੋਰੈਕਸ ਵੱਲੋਂ ਸਪான்ਸਰ ਕੀਤਾ ਜਾ ਰਿਹਾ ਹੈ 24 ਘੰਟੇ ਦੇ ਵਿੱਚ ਪੈਸੇ ਇੰਡੀਆ ਭੇਜਣ ਲਈ ਯਾਦ ਰੱਖੋ ਵਾਲੀਆ ਫੋਰੈਕਸ ਹਾਈएस्ट ਕਰੰਸੀ ਰੇਟ ਪਰ ਉਸ ਦੀ ਯੋਗਤਾ ਤੇ ਫਾਸਟ ਸਰਵਿਸ ਦੋ ਲੋਕੇਸ਼ਨਸ ਨੇ ਇੱਕ ਸਰੀ ਦੇ ਲिटल ਇੰਡੀਆ ਪਲਾਜ਼ਾ ਵਿੱਚ ਦੂਜੀ ਐਬਰਟਸਵਰਥ ਦੇ ਸੀਡਰ ਪਾਰ ਪਲੇਸ ਵਿੱਚ ਕਾਲ ਦਲਜੀਤ ਸਿੰਘ 7788228410 778 822 8410 ਵਾਲੀਆ ਫੋਰੈਕਸ ਫਾਸਟ 1 ਸਰੀ ਦੇ ਨਿਊਟਨ ਇਲਾਕੇ ਨੂੰ ਬਣਦਾ ਧਿਆਨ ਦੇਣ ਵਾਸਤੇ ਸਰੀ ਮੇਅਰ ਬ੍ਰੈਂਡਾ ਲੋਕ ਨੇ ਇਸ ਹਫਤੇ ਫੋਕਸ ਨਿਊਟਨ ਟਾਸਕ ਫੋਰਸ ਦਾ ਗਠਨ ਕੀਤਾ ਹੈ ਕਾਉਂਸਲਰ ਹੈਰੀ ਬੈਂਸ ਦੀ ਅਗਵਾਈ ਵਾਲੀ ਇਸ ਟਾਸਕ ਫੋਰਸ ਵਿੱਚ ਕਾਉਂਸਲਰਜ਼ ਪ੍ਰਦੀਪ ਕੋਨਰ ਡੱਗ ਐਲਫਰਡ ਅਤੇ ਮੰਦੀਕ ਮਨਦੀਪ ਨਾਗਰਾ ਵੀ ਸਰਵ ਕਰਨਗੇ ਬ੍ਰੈਂਡਾ ਲੋਕ ਦਾ ਕਹਿਣਾ ਹੈ ਕਿ ਉਹਨਾਂ ਨੇ ਅਜਿਹਾ ਕਈ ਵਾਰ ਸੁਣਿਆ ਅਤੇ ਦੇਖਿਆ ਹੈ ਕਿ ਨਿਊਟਨ ਇਲਾਕੇ ਨੂੰ ਸ਼ਹਿਰ ਦੇ ਬਾਕੀ ਇਲਾਕਿਆਂ ਦੇ ਮੁਕਾਬਲੇ ਬਣਦਾ ਧਿਆਨ ਨਹੀਂ ਮਿਲਦਾ ਨਿਊਟਨ ਵਿੱਚ ਸਟ੍ਰੀਟਸ ਦੀ ਬੁਰੀ ਹਾਲਤ ਹੈ ਕ੍ਰੋਸ ਵਾਕਸ ਦੀ ਘਾਟ ਹੈ ਅਤੇ ਕਈ ادارے ਬਿਜ਼ਨਸ ਸਾਈਨ ਬਾਇਲॉज ਦੀ ਉਲੰਘਣਾ ਕਰਦੇ ਨੇ ਤੇ ਟ੍ਰੈਫਿਕ ਦੀ ਵੀ ਬੁਰੀ ਹਾਲਤ ਰਹਿੰਦੀ ਹੈ ਨਿਊਟਨ ਸ਼ਹਿਰ ਵਿੱਚ ਨਿਊਟਨ ਸ਼ਹਿਰ ਵਿੱਚ ਸਭ ਤੋਂ ਵੱਧ ਸੰਗਣੀ ਆਬਾਦੀ ਵਾਲਾ ਇਲਾਕਾ ਹੈ ਇਕੱਲੇ ਨਿਊਟਨ ਵਿੱਚ ਹੀ ਲਗਭਗ 1,70,000 ਲੋਕ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਤਕਰੀਬਨ 68% 68% ਕਿਰਾਏ ਤੇ ਰਹਿੰਦੇ ਨੇ ਇਸ ਟਾਸਕ ਫੋਰਸ ਦੇ ਸਾਰੇ ਮੈਂਬਰ ਨਿਊਟਨ ਦੇ ਹੀ ਵਸਨੀਕ ਹਨ ਫੋਕਸ ਨਿਊਟਨ ਟਾਸਕ ਫੋਰਸ ਵਿੱਚ ਫੋਕਸ ਨਿਊਟਨ ਟਾਸਕ ਫੋਰਸ ਵਿੱਚ ਤਾਂ ਭਾਵੇਂ ਕਾਉਂਸਲਰ ਮਨਦੀਪ ਨਾਗਰਾ ਅਤੇ ਡਗ ਐਲਫਰਡ ਨੁਥਾ ਮਿਲ ਗਈ ਹੈ ਪਰ ਸਰੀ ਵਿੱਚ ਸਥਾਪਿਤ ਕੀਤੀਆਂ ਗਈਆਂ 16 ਸਿਲੈਕਟ ਕਮੇਟੀਆਂ ਵਿੱਚੋਂ 15 ਤੇ ਬ੍ਰੈਂਡਾ ਲੋਕ ਦੀ ਸਰੀ ਕਨੈਕਟ ਸਲੀਟ ਦੇ ਕਾਉਂਸਲਰਜ਼ ਨੂੰ ਹੀ ਅਪੋਇੰਟ ਕੀਤਾ ਗਿਆ ਹੈ ਫਾਸਟ 2 ਕੱਲ ਰਾਤ ਨੂੰ ਕਿਟਲਮ ਦੇ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਹੈ ਰਾਤ ਤਕਰੀਬਨ 11 ਵਜੇ ਕੀਚ ਪਲੇਸ ਅਤੇ ਪਾਰਕ لینڈ ਡਰਾਈਵ ਨੇੜੇ ਸਥਿਤ ਇਸ ਘਰ ਵਿੱਚ ਲੱਗੀ ਅੱਗ ਨੇੜਲੇ ਇੱਕ ਹੋਰ ਘਰ ਵਿੱਚ ਵੀ ਫੈਲ ਗਈ ਫਾਇਰਫਾਈਟਰਸ ਨੂੰ ਇਸ ਅੱਗ ਨੂੰ ਕਾਬੂ ਕਰਨ ਵਿੱਚ ਡੇਢ ਘੰਟਾ ਲੱਗਿਆ ਇਸ ਅੱਗ ਕਾਰਨ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਜਾਂ ਇਸ ਅੱਗ ਪਿਛਲੇ ਕਾਰਨ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਫਾਸਟ 3 ਗੋਲਡਨ ਲਾਗੇ ਆਏ ਐਵਲੈਂਚ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ ਇਸ ਘਟਨਾ ਨਾਲ BC ਵਿੱਚ ਬੀਤੇ ਹਫ਼ਤਿਆਂ ਦੌਰਾਨ ਐਵਲੈਂਚ ਕਾਰਨ ਕੁੱਲ 9 ਮੌਤਾਂ ਹੋ ਚੁੱਕੀਆਂ ਹਨ ਗੋਲਡਨ ਦੇਸ਼ ਕੀ ਏਰੀਆ ਦੀਆਂ ਹੱਦਾਂ ਦੇ ਬਾਹਰ ਪੈਂਦੇ ਟਰਮੀਨੇਟਰ 2.5 ਦੇ ਨਾਂ ਦੇ ਨਾਲ ਜਾਣੇ ਜਾਣਦੇ ਇਸ ਇਲਾਕੇ ਵਿੱਚ ਇੱਕ ਗਰੁੱਪ ਦੇ 5 스ਨੋਬੋਰਡਰਜ਼ ਅਤੇ ਇੱਕ ਸਕੀਅਰ ਸ਼ਾਮਲ ਸੀ ਗਰੁੱਪ ਦੇ ਦੋ ਮੈਂਬਰ ਐਵਲੈਂਚ ਵਿੱਚ ਪੂਰੀ ਤਰ੍ਹਾਂ ਅਤੇ ਇੱਕ ਜਾਣਾ ਪਾਰਸ਼ਲੀ ਦੱਬੇ ਗਏ ਸਨ ਪੂਰੀ ਤਰ੍ਹਾਂ ਦੱਬੇ ਗਏ ਵਿਕਟਮਸ ਦਾਮ ਤੋੜ ਗਏ ਅਤੇ ਪਾਰਸ਼ਲੀ ਬਰੇਡ ਵਿਕਟਮ ਫੱਟੜ ਹੋ ਗਿਆ ਸੀ ਵਿਕਟਮਸ ਬਾਰੇ ਕੋਈ ਨਿੱਜੀ ਅਤੇ ਨਿੱਜੀ ਜਾਣਕਾਰੀ ਜਾਂ ਉਹਨਾਂ ਦੀ ਪਛਾਣ ਫਿਲਹਾਲ ਸਾਂਝੀ ਨਹੀਂ ਕੀਤੀ ਗਈ ਹੈ ਫਾਸਟ 4 BC ਵਿੱਚ ਹੋਣ ਵਾਲੇ 뮤직 ਫੈਸਟੀਵਲਸ ਮੇਲਿਆਂ ਅਤੇ ਹੋਰ ਅਜਿਹੇ ਕਲਚਰਲ ਇਵੈਂਟਸ ਲਈ ਕੱਲ ਸਵੇਰ ਸਰਕਾਰ ਵੱਲੋਂ 30 ਮਿਲੀਅਨ ਡਾਲਰ ਦੀ ਵਨ ਟਾਈਮ ਫੰਡਿੰਗ ਦਾ ਐਲਾਨ ਕੀਤਾ ਗਿਆ ਇਹ ਫੰਡਿੰਗ BC ਫੈਸਟੀਵਲਸ ਫੇਅਰਸ ਐਂਡ ਇਵੈਂਟਸ ਫੰਡ BC FFE ਰਹੀ ਇਵੈਂਟ ਆਰਗੇਨਾਈਜ਼ਰਸ ਨੂੰ ਮਿਲ ਸਕੇਗੀ ਇਹ ਫੰਡਿੰਗ ਉਹਨਾਂ ਇਵੈਂਟਸ ਲਈ ਉਪਲਬਧ ਹੋਵੇਗੀ ਜੋ ਪਿਛਲੇ ਕਈ ਸਾਲਾਂ ਤੋਂ ਹੁੰਦੇ ਆ ਰਹੇ ਹਨ ਪਰ ਜਿਨ੍ਹਾਂ ਦੀ ਹੋਂਦ ਤੇ ਇਸ ਵਾਰ ਆਰਥਿਕ ਮੰਦੀ ਕਾਰਨ ਸਵਾਲੀਆ ਨਿਸ਼ਾਨ ਲੱਗ ਗਿਆ ਸੀ 1 April 2023 ਅਤੇ 31 December 2024 ਦਰਮਿਆਨ ਹੋਣ ਵਾਲੇ ਇਵੈਂਟਸ ਦੀ ਕੁੱਲ ਲਾਗਤ ਦਾ ਵੱਧ ਤੋਂ ਵੱਧ 20% ਇਸ ਫੰਡਿੰਗ ਨਾਲ ਕਵਰ ਕੀਤਾ ਜਾ ਸਕੇਗਾ ਇੱਕ ਇਵੈਂਟ ਵਾਸਤੇ ਵੱਧ ਤੋਂ ਵੱਧ 2.5 ਲੱਖ ਡਾਲਰ ਅਤੇ ਇੱਕ ਤੋਂ ਜ਼ਿਆਦਾ ਇਵੈਂਟਸ ਕਰਵਾਉਣ ਵਾਲੇ ਆਰਗੇਨਾਈਜ਼ਰਸ ਨੂੰ ਵੱਧ ਤੋਂ ਵੱਧ 5 ਲੱਖ ਡਾਲਰ ਮਿਲ ਸਕਦੇ ਹਨ ਫੰਡਿੰਗ ਵਾਸਤੇ ਅਰਜ਼ੀਆਂ 3 ਮਾਰਚ ਤੱਕ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਫਾਸਟ 5 ਲੰਗੇ ਵੀਕਐਂਡ ਮਿਸ਼ੀਗਨ ਦੀ ਲੇਕ ਹੂਰਨ ਤੇ ਇੱਕ ਫਲਾਈਂਗ ਆਬਜੈਕਟ ਨੂੰ ਸ਼ੂਟਡਾਊਨ ਕੀਤਾ ਗਿਆ ਸੀ ਜਿਸ ਦਾ ਮਲਬਾ ਸੰਭਾਵੀ ਤੌਰ ਤੇ ਕੈਨੇਡਾ ਵਾਲੇ ਪਾਸੇ ਆ ਡਿੱਗਿਆ ਸੀ RCMP ਵੱਲੋਂ ਕੈਨੇਡੀਅਨ ਕੋਸਟਗਾਰਡ ਦੀ ਮਦਦ ਨਾਲ ਇਸ ਸ਼ੂਟਡਾਊਨ ਕੀਤੇ ਆਬਜੈਕਟ ਦੇ ਮਲਬੇ ਨੂੰ ਲੱਭਣ ਦਾ ਕੰਮ ਹੁਣ ਰੋਕ ਦਿੱਤਾ ਗਿਆ ਹੈ RCMP ਦਾ ਕਹਿਣਾ ਹੈ ਕਿ ਹੁਣ ਉਸ ਮਲਬੇ ਨੂੰ ਬਰਾਮਦ ਕਰ ਸਕਣ ਦੀ ਸੰਭਾਵਨਾ ਨਾ ਮਾਤਰ ਹੀ ਰਹਿ ਗਈ ਹੈ ਪਰ ਇਸ ਤੋਂ ਪਹਿਲਾਂ ਅਲਾਸਕਾ ਅਤੇ ਯੂਕੌਨ ਵਿੱਚ ਲੰਘੇ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਡੇਗੇ ਗਏ ਸਿਲੰਡਰਿਕਲ ਆਬਜੈਕਟਸ ਦੇ ਮਲਬੇ ਦੀ ਭਾਲ ਦਾ ਕੰਮ ਅਜੇ ਵੀ ਜਾਰੀ ਹੈ ਅਮਰੀਕਾ ਦਾ ਇਹ ਕਹਿਣਾ ਹੈ ਕਿ ਇਹ ਤਿੰਨ ਆਬਜੈਕਟਸ ਦਾ ਚਾਈਨਾ ਜਾਂ ਕਿਸੇ ਵੀ ਹੋਰ ਮੁਲਕ ਦੇ ਸਪਾਈ ਬੈਲੂਨ ਪ੍ਰੋਗਰਾਮ ਨਾਲ ਕੋਈ ਸਬੰਧ ਪ੍ਰਤੀਤ ਨਹੀਂ ਹੁੰਦਾ ਏ ਸੀ ਸਾਡਾ ਅੱਜ ਦਾ ਫਾਸਟ 5 ਸੈਗਮੈਂਟ ਜਿਸ ਨੂੰ ਕੇ ਵਾਲੀਆ ਫੋਰੈਕਸ ਵੱਲੋਂ ਸਪਾਂਸਰ ਕੀਤਾ ਗਿਆ ਕੋਈ ਵੀ ਕਰੰਸੀ ਜਿਵੇਂ ਡਾਲਰਸ ਪਾਉਂਡਸ ਜਾਂ ਯੂਰੋਜ਼ ਵਧੀਆ ਰੇਟ ਤੇ ਖਰੀਦਣ ਜਾਂ ਵੇਚਣ ਵਾਸਤੇ ਵਾਲੀਆ ਫੋਰੈਕਸ ਨੂੰ ਕੰਟੈਕਟ ਕਰੋ ਦੋ ਲੋਕੇਸ਼ਨਸ ਨੇ ਇੱਕ ਸਰੀ ਦੇ ਲਿਟਲ ਇੰਡੀਆ ਪਲਾਜ਼ਾ ਵਿੱਚ ਦੂਜੀ ਐਬਰਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਕਾਲ ਦਲਜੀਤ ਸਿੰਘ 7788228410 778822 8410 ਵਾਲੀਆ ਫੋਰੈਕਸ ਵਾਸੂਦੀ ਇੱਧਰ ਵਟਸਐਪ ਤੇ ਮੈਸੇਜ ਆਇਆ ਉਹ ਕਹਿੰਦੇ ਇਸ ਹਫਤੇ ਕਹਿੰਦੇ ਸਾਰੇ ਵੱਖੋ ਵੱਖਰੇ ਸਟੇਸ਼ਨਸ ਤੇ ਕਹਿੰਦੇ ਮੈਂ ਪ੍ਰੋਗਰਾਮ ਸੁਣੇ ਹਮਮ ਕਹਿੰਦੇ ਮੈਨੂੰ ਇਹ ਲੱਗਿਆ ਕਿ ਆਊਟ ਆਫ एवरीवन ਬਡੀ ਕਹਿੰਦੇ ਤੁਸੀਂ ਬਹੁਤ ਕੁਝ ਕਵਰ ਕਰ ਜਾਂਦੇ ਹੋ ਤੇ ਬੋਰਿੰਗ ਵੀ ਨਹੀਂ ਕਰਦੇ ਕੰਮ థాంਕ ਯੂ ਜੀ ਬਹੁਤ ਮਿਹਰਬਾਨੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਡਾ ਲੌਂਗ ਵੀਕਐਂਡ ਕਰਾਤਾ ਤੁਸੀਂ ਸ਼ੁਰੂ ਪਰ ਸੋ ਸੋ ਥੈਂਕਫੁਲ ਟੂ ਯੂ ਕਿਉਂਕਿ ਅਸਲ ਵਿੱਚ ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਆ ਜਦੋਂ ਅਸੀਂ ਪ੍ਰੋਗਰਾਮ ਨੂੰ ਇਸ ਹਿਸਾਬ ਨਾਲ ਕਰਨਾ ਸ਼ੁਰੂ ਕੀਤਾ ਕਿ ਇਹਦੇ ਵਿੱਚ ਠੀਕ ਆ ਖੁੱਲੀ ਗੱਲਬਾਤ ਕਰਾਂਗੇ ਜੇ ਹਾਸਾ ਆ ਠਾ ਕਾਲਾ ਕੇ ਹਸਾਂਗੇ ਵੀ ਕਿਉਂਕਿ ਦਿਸ ਇਜ਼ ਹਾਊ ਵੀ ਆਰ ਉਦੋਂ ਇਹ ਲੱਗਦਾ ਸੀ ਯਾਰ ਪਤਾ ਨਹੀਂ ਇਹ ਕੀ ਇਹ ਮਾਰਕੀਟ ਰੈਡੀ ਹੋਏਗੀ ਇਸ ਤਰ੍ਹਾਂ ਦੀ ਪ੍ਰੈਜੈਂਟ ਆ ਆਪਣੇ ਮਨ ਦੇ ਵਿੱਚ ਉਦੋਂ ਆ ਥੋੜਾ ਸੰਕੋਚ ਵੀ ਸੀ ਕਿਉਂਕਿ ਪਤਾ ਨਹੀਂ ਸੀ ਤੇ ਉਹਦੇ ਲਈ ਸੁਣਨ ਵਾਲਿਆਂ ਦਾ ਬਹੁਤ ਧੰਨਵਾਦ ਤੁਹਾਡੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਫ੍ਰੀ ਹੈਂਡ ਦਿੱਤਾ ਵੀ ਕੋਈ ਨਹੀਂ ਠੀਕ ਹੈ ਤੁਸੀਂ ਕਹਿੰਦੇ ਵੀ ਚੰਗੇ ਮੁੰਡੇ ਹੋ ਜੇ ਜਿੱਦਾਂ ਤੁਸੀਂ ਗੱਲਬਾਤ ਕਰਦੇ ਹੋ ਉਦਾਂ ਹੀ ਕਰੀ ਚੱਲੋ ਸਾਨੂੰ ਉਲਟਾ ਖੱਲਾ ਛੇਰੀ ਦਿੱਤੀ ਹੈ ਇਸ ਗੱਲ ਵਾਸਤੇ ਮੈਂ ਵੀ ਜੀ ਕਈ ਵਾਰ ਨਾ ਆਪਣੀਆਂ ਬਹੁਤ ਪੁਰਾਣੀਆਂ ਜਿਹੜੀਆਂ ਵੀਡੀਓਜ਼ ਨੇ ਉਹ ਜੇ ਕਿਤੇ ਸਕਰੋਲਰ ਦੇ ਵਿੱਚ ਸਾਹਮਣੇ ਆ ਜਾਣ ਤੇ ਉਹ ਕਦੇ ਮੈਂ ਪਲੇ ਕਰਕੇ ਵੇਖਦਾ ਸੀ ਸ਼ੁਰੂ-ਸ਼ੁਰੂ ਵਿੱਚ ਮੈਂ ਨੋਟ ਕੀਤਾ ਸੀ ਗੱਲ ਥੋੜੀ ਫਿਰ ਵੀ ਬੋਝ ਕੇ ਕਰਦੇ ਸੀ ਥੋੜਾ ਸੋਚ ਦੇ ਕੇ ਕਰਦੇ ਥੋੜਾ ਜਿਹਾ ਝਿਜਕ ਹੁੰਦੀ ਸੀ ਪਰ ਜਿਸ ਤਰ੍ਹਾਂ ਦਾ ਫੀਡਬੈਕ ਸਾਡੇ ਲਿਸਨਰਸ ਨੇ ਵਿਊਅਰਸ ਨੇ ਸਾਨੂੰ ਦਿੱਤਾ ਸਾਡੀ ਮੈਨੇਜਮੈਂਟ ਨੇ ਜਿਸ ਤਰ੍ਹਾਂ ਦਾ ਸਮਰਥਨ ਦਿੱਤਾ ਉਹਦੇ ਕਰਕੇ ਮੈਨੂੰ ਲੱਗਦਾ ਕਿ ਅਸੀਂ ਹੋਰ ਨੇਚਰਲੀ ਗੱਲ ਕਰਦੇ ਆਪਣੇ ਸ਼ਬਦ ਸੋਚਦੇ ਨਹੀਂ ਵਿਚਾਰਦੇ ਨਹੀਂ ਸਾਨੂੰ ਜੋ ਅਸੀਂ ਨਾਰਮਲੀ ਗੱਲ ਕਰਦੇ ਹੁੰਦੇ ਆ ਉਹੀ ਅਸੀਂ ਗੱਲ ਔਨ 에ਅਰ ਵੀ ਕਰ ਸਕਦੇ ਆ ਤੇ ਉਹਨੂੰ ਸਾਡੇ ਲਿਸਨਰਸ ਪਸੰਦ ਕਰ ਰਹੇ ਨੇ ਤੇ ਅੱਛਾ ਇੱਕ ਤਾਂ ਹੈਗਾ ਵੀ ਜਿਹੜੀ ਪਸੰਦ ਕਰਨਾ ਉਹਦੇ ਲਈ ਅਸੀਂ ਬੜੇ ਧੰਨਵਾਦੀ ਆ ਜੀ ਬੜਾ ਔਖਾ ਹੁੰਦਾ ਕਿਸੇ ਦੀ ਤਾਰੀਫ ਕਰਨਾ ਹਾਂ ਬਿਨਾਂ ਕਿਸੇ ਅਲਟੀਰੀਅਰ ਮੋਟਿਵ ਦੇ ਜੀ ਆਮ ਤੌਰ ਤੇ ਲੋਕ ਉਹਦੀਆਂ ਅੱਜਕੱਲ ਤਾਰੀਫ ਕਰਦੇ ਨੇ ਜਦੋਂ ਕੋਈ ਮਤਲਬ ਹੋਵੇ ਜੀ ਜੀ ਬਿਨਾਂ ਕਿਸੇ ਸਾਡੇ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ ਸਾਡੇ ਨਾਲ ਕੋਈ ਅਸਲੀ ਕਦੇ ਮਿਲੇ ਵੀ ਨਹੀਂ ਹੈ ਨਾ ਲਿਸਨਰਸ ਨੂੰ ਵੀਅਰਸ ਨੂੰ ਫਿਰ ਵੀ ਉਹ ਇਸ ਤਰ੍ਹਾਂ WhatsApp ਦੇ ਉੱਤੇ Facebook ਦੇ ਉੱਤੇ ਤਾਰੀਫ ਕਰਨੀ ਕਿਸੇ ਦੀ ਵੀ ਉਹ ਬੜਾ ਇੱਕ ਬਹੁਤ ਵੱਡਾ ਕੰਮ ਹੈ ਬੜੇ ਵੱਡੇ ਵੱਡਾ ਦਿਲ ਚਾਹੀਦਾ ਉਹਦੇ ਵਾਸਤੇ ਤੇ ਮੈਨੂੰ ਲੱਗਦਾ ਇਹਦੇ ਨਾਲ ਇਹ ਵੀ ਪਤਾ ਲੱਗਦਾ ਕਿ ਸਾਡੇ ਜਿਹੜੇ ਲਿਸਨਰਸ ਨੇ ਵੀਅਰਸ ਨੇ ਉਹ ਕਿੰਨੇ ਵੱਡੇ ਦਿਲਾਂ ਦੇ ਮਾਲਕ ਨੇ ਬਹੁਤ ਬਹੁਤ ਮਿਹਰਬਾਨੀ ਹੈ ਆਨੈਸਟਲੀ ਵਾਸੂ ਜੀ ਬਿਲਕੁਲ ਇੱਕ ਇੱਕ ਗੱਲ ਜਿਹੜੀ ਤੁਸੀਂ ਕਹੀ ਬਿਲਕੁਲ ਸਹੀ ਗੱਲ ਹੈ ਇਹ ਅ ਸਾਡੇ ਵਾਸਤੇ ਸਾਡੇ ਆਤਮ ਵਿਸ਼ਵਾਸ ਨੂੰ ਵਧਾਉਣ ਦੇ ਲਈ ਉਸ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਇੱਕ ਇੱਕ ਜਿਹੇ ਸੁਨੇਹੇ ਸੁਨਣ ਵਾਲਿਆਂ ਦੇ ਮੈਸੇजेस ਅਪ ਸਾਡੇ ਜਿਹੜੇ ਬਾਕੀ ਸਹਿਕਰਮੀ ਨੇ ਮੈਨੇਜਮੈਂਟ ਦਾ ਉਹਨਾਂ ਦਾ ਸਹਿਯੋਗ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਆ ਇੱਕ ਨਾ ਗੱਲ ਹੁੰਦੀ ਹੈ ਕਿ ਜਦੋਂ ਤੁਹਾਡਾ ਸਾਰਾ ਧਿਆਨ ਇਸ ਗੱਲ ਤੇ ਨਹੀਂ ਲੱਗਿਆ ਵੀ ਮੈਂ ਗੱਲ ਕਿਵੇਂ ਕਰਨੀ ਆ ਫਿਰ ਗੱਲ ਕੀ ਕਰਨੀ ਆ ਤੁਸੀਂ ਉੱਤੇ ਫੋਕਸ ਕਰ ਸਕਦੇ ਹੋ ਬਿਲਕੁਲ ਸਹੀ ਗੱਲ ਆ ਉਹਦੀ ਕਰਕੇ ਹੀ ਅਸੀਂ ਜ਼ਿਆਦਾ ਕੰਟੈਂਟ ਤੇ ਫੋਕਸ ਕਰੀਦਾ ਤੇ ਜ਼ਿਆਦਾ ਅਸੀਂ ਪੜਾਈ ਕਰ ਸਕਦੇ ਹਾਂ ਕਿਉਂਕਿ ਇਹੋ ਜਿਹੀਆਂ ਜਿਹੜੀਆਂ ਸਿਰਦਰਦੀਆਂ ਨੇ ਗੱਲ ਕਿਵੇਂ ਬਣਾ ਕੇ ਕਰਨੀ ਆ ਉਹ ਤੋਂ ਅਸੀਂ ਸੁਰਖਰੂ ਹਾਂ ਹਾਂ ਉਹ ਸਾਨੂੰ ਉੱਤੇ ਧਿਆਨ ਨਹੀਂ ਦੇਣਾ ਪੈਂਦਾ ਵੀ ਕੈਨ ਬੀ ਆਵਰ ਸੈਲਵਜ਼ ਇਸ ਕਰਕੇ ਅਸੀਂ ਜ਼ਿਆਦਾ ਕੰਟੈਂਟ ਇਕੱਠ ਜੀ ਤੇ ਬ੍ਰੇਕ ਤੋਂ ਬਾਅਦ ਫੇਰ ਆਕੇ ਆਪਾਂ ਕਈ ਖਬਰਾਂ ਸੰਧੀਆਂ ਕਰਨੀਆਂ ਇੱਕ ਚਲੋ ਜਾਂਦੇ ਜਾਂਦੇ ਗੱਲ ਕਰ ਹੀ ਲਈਏ ਬ੍ਰੇਕ ਤੋਂ ਪਹਿਲਾਂ ਅੱਜ ਜਿਹੜੀ ਐਮਰਜੈਂਸੀ ਐਕਟ ਤੋਂ ਬੰਦੀ ਇਨਕੁਆਇਰੀ ਚੱਲੀ ਸੀ ਪਿਛਲੇ ਸਾਲ ਅ ਜਿਹੜੀ ਕਿ ਜੀ ਸੌਰੀ ਇੱਕ ਮੈਸੇਜ ਆ ਅਮਰ ਕੌਰ ਜੀ ਦਾ ਤੁਸੀਂ ਕਹਿੰਦੇ ਤੁਸੀਂ ਚੰਗੇ ਬੱਚੇ ਆ ਚੰਗੇ ਮੁੰਡੇ ਆ ਅਮਰ ਕੌਰ ਜੀ ਕਹਿੰਦੇ ਤੁਹਾਡੇ ਵਰਗੇ ਬੱਚਿਆਂ ਕਰਕੇ ਸਾਨੂੰ ਕਹਿੰਦੇ ਡਾਂਟ ਪੈਂਦੀ ਹੁੰਦੀ ਸਕੂਲਾਂ ਦੇ ਵਿੱਚ ਤੁਸੀਂ ਪੜ੍ਹਨ ਨਾਲੋਂ ਜ਼ਿਆਦਾ ਪੜਾਕੂ ਬੱਚੇ ਹੋ ਵਾਸੂ ਦੀ ਨਹੀਂ ਨਹੀਂ ਡਾਂਟ ਸਾਨੂੰ ਵੀ ਬਹੁਤ ਮੈਨੂੰ ਤਾਂ ਬਹੁਤ ਪਈ ਆ ਠੀਕ ਠਾਕ ਪਈ ਆ ਮੁਰਗੇ ਬਣੇ ਕਿ ਸਕੂਲ ਚ ਤੁਸੀਂ ਨਹੀਂ ਬਣੇ ਤੇ ਸਾਊ ਬੱਚਾ ਮੁਰਗਾ ਨਹੀਂ ਬਣਿਆ ਇੱਕ ਵਾਰ ਬਣਿਆ ਕਰੀ ਹਾਂ ਇੱਕ ਦੋ ਵਾਰ ਮੁਰਗਾ ਬਣਾ ਕੇ ਟੀਚਰ ਨੇ ਤੋੜਿਆ ਹੋਈ ਆ ਏ ਵੀ ਕਰਦੇ ਸੀ ਕਈ ਜਿਹੜੇ ਹਾਂ ਹਾਂ ਮੈਂ ਉਹ ਵੇਖਿਆ ਪਰ ਮੇਰ ਨਾਲ ਨਹੀਂ ਬਚਾ ਹੋ ਗਿਆ ਤੇ ਸਾਡੀ ਸਾਰੀ ਕਲਾਸ ਨਾਲ ਹੋਇਆ ਸੀ ਇੱਕ ਵਾਰੀ ਇਦਾਂ ਮੁਰਗੇ ਬਣਾਉਂਦੇ ਨਾਲ ਕਹਿੰਦੇ ਤਰੋ ਵੀ ਹੁਣ ਸਾਡੇ ਹੁੰਦਾ ਸੀ ਕਲਾਸ ਤੋਂ ਬਾਹਰ ਕੱਢ ਦਿੰਦੇ ਹੁੰਦੇ ਸੀ ਜਿਹੜੀ ਮਤਲਬ ਉਹ ਹੁੰਦਾ ਸੀ ਜੇ ਕਿਸੇ ਨੂੰ ਕਲਾਸ ਤੋਂ ਬਾਹਰ ਕੱਢਤਾ ਨਾ ਵੀ ਉਹਦਾ ਮਰਨ ਹੀ ਹੋ ਗਿਆ ਮਤਲਬ ਜਿੱਦਾਂ ਬੰਦਾ ਕਹਿੰਦਾ ਨਹੀਂ ਯਾਰ ਵੀ ਐਟਲੀਸ ਇਦਾਂ ਲੱਗਦਾ ਹੁੰਦਾ ਸੀ ਜਿਹੜੇ ਪੰਜਾਬੀ ਦੇ ਟੀਚਰ ਹੁੰਦੇ ਸੀ ਹਰਜਿੰਦਰ ਕੌਰ ਮੈਡਮ ਤੇ ਉਹ ਨਾ ਆ ਕੇ ਸਾਡੇ ਦੋ ਤਿੰਨ ਬੱਚੇ ਸੀ ਕਲਾਸ ਦੇ ਆਂਦੀਆਂ ਸਾਰੀ ਬੱਚੇ ਬਾਹਰ ਚੱਲ ਜਾਓ ਉਹ ਕਹਣਾ ਜੀ ਤਾਂ ਗੁੱਡ ਮਾਰਨਿੰਗ ਵੀ ਨਹੀਂ ਹੋਈ ਹੁੰਦਾ ਸੀ ਉਹਨਾਂ ਦਾ ਉਹਨਾਂ ਨੇ ਦੋ ਕੁ ਬੱਚੇ ਬਾਹਰ ਕੱਢ ਨਹੀਂ ਹੁੰਦੇ ਸੀ ਕਲਾਸ 'ਚ ਮੇਰੀ ਇਹ ਜਿਹੜੀ ਇਕੁਏਸ਼ਨ ਸੀਗੀ ਦੇਖੋ ਬਾਕੀ ਸਾਰੇ ਟੀਚਰਜ਼ ਦੇ ਨਾਲ ਜਾਂ ਬਾਕੀ ਸਬਜੈਕਟਸ ਨਾਲ ਬਹੁਤ ਚੰਗਾ ਸੀ ਠੀਕ ਠਾਕ ਸੀ ਮੈਥਮੈਟਿਕਸ ਵਗੈਰਾ ਅਕਾਊਂਟਿੰਗ ਠੀਕ ਸੀ ਭਾਈ ਡਰਾਇੰਗ ਦੀ ਕਲਾਸ ਆਹ ਓਹੋ ਡਰਾਇੰਗ ਵਾਲੇ ਸਰ ਨੇ ਤਾਂ ਮੈਨੂੰ ਹਮੇਸ਼ਾ ਕਹਿਣਾ ਉਹਨਾਂ ਦਾ ਹਿੱਸੇ ਬੇਟਾ ਤੂੰ ਰਹਿਣ ਦੇ ਬੇਟਾ ਤੁਮਸੇ ਨਾ ਹੋ ਪਾਏਗਾ ਤੁਮਸੇ ਨਾ ਹੋ ਪਾਏਗਾ ਅੱਛਾ ਅਸਜੀ ਜਿਹੜਾ ਪਬਲਿਕ ਆਰਡਰ ਇਨਕੁਆਇਰੀ ਕਮਿਸ਼ਨ ਐਮਰਜੈਂਸੀ ਦਾ ਕਮਿਸ਼ਨ ਬੈਠਾ ਸੀ ਪਿਛਲੇ ਸਾਲ ਜਸਟਿਸ ਪਾਲ ਰੈਲੂ ਉਹਨਾਂ ਨੇ ਰਿਪੋਰਟ ਤਿਆਰ ਕਰਨੀ ਉਹਨਾਂ ਨੇ तकरीबन 6 ਹਫ਼ਤੇ ਦੀਆਂ ਪਬਲਿਕ ਹੀਅਰਿੰਗਸ ਕੀਤੀਆਂ ਸੀ ਉਹਦੇ ਵਿੱਚ ਆਟਵਾ ਦੇ ਵਿੱਚ ਜਿਹੜਾ ਪਿਛਲੇ ਸਾਲ ਫਰੀडम ਕਨvoi ਹੋਇਆ ਸੀ ਫਰੀडम ਕਨvoi ਦੇ ਨਾਲ ਸੰਬੰਧਿਤ ਜਿਹੜੇ ਰੈਜ਼ਿਡੈਂਟਸ ਪ੍ਰਭਾਵਿਤ ਹੋਏ ਉਹਨਾਂ ਨੇ ਉੱਥੇ ਹਾਜ਼ਰੀ ਭਰੀ ਸੀ ਜਿਹੜੇ ਪ੍ਰੋਟੈਸਟਰ ਸੀਗੇ ਉਹ ਵੀ ਉੱਥੇ ਆ ਕੇ ਆਪਣੇ ਬਿਆਨ ਦਰਜ ਕਰਾ ਕੇ ਗਏ ਫਿਰ ਪੁਲਿਸ ਅਧਿਕਾਰੀ ਭਾਵੇਂ RCMP ਦੇ ਅਧਿਕਾਰੀ ਸੀ ਆਟਵਾ ਪੁਲਿਸ ਦੇ ਅਧਿਕਾਰੀ ਸੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਕਈ ਸੀਨੀਅਰ ਕੈਬਨਿਟ ਮੰਤਰੀ ਉਹਨਾਂ ਨੇ ਉੱਥੇ ਆ ਕੇ ਕਮਿਸ਼ਨ ਮੂਰੇ ਸਵਾਲਾਂ ਦੇ ਜਵਾਬ ਦਿੱਤੇ ਸੀ ਕਿਉਂਕਿ ਕੈਨੇਡਾ ਦੇ ਵਿੱਚ emergeny act ਦੇ ਦੇ ਪ੍ਰੋਵੀਜ਼ਨਸ ਦੇ ਵਿੱਚ ਇਹ ਗੱਲ ਹੈ ਸ਼ਰਤ ਇਹ ਹੈ ਕਿ ਜਦੋਂ emergeny act ਲਾਗੂ ਕੀਤਾ ਜਾਵੇ ਉਸ ਤੋਂ ਮਗਰੋਂ 360 ਦਿਨਾਂ ਦੇ ਅੰਦਰ ਅੰਦਰ within 360 days ਉਸ ਦੀ ਰਿਪੋਰਟ ਪੇਸ਼ ਕੀਤੀ ਜਾਵੇ ਪਾਰਲੀਮੈਂਟ ਦੇ ਵਿੱਚ ਪਹਿਲਾਂ ਇਹਦਾ ਜਿਹੜਾ ਇੱਕ ਖਾਕਾ ਤਿਆਰ ਕਰਕੇ ਦਿੱਤਾ ਜਾਣਾ ਸੀ ਕੈਬਿਨੇਟ ਨੂੰ 6 ਫਰਵਰੀ ਤੱਕ ਅਸੀਂ ਬੀਤੇ ਦਿਨ ਹੀ ਖਬਰ ਸਾਂਝੀ ਕੀਤੀ ਸੀ ਕਿ ਉਹ ਐਕਸਟੈਂਸ਼ਨ ਪ੍ਰਦਾਨ ਕਰ ਦਿੱਤੀ ਗਈ ਸੀ ਹੁਣ ਕਿਉਂਕਿ 20 ਫਰਵਰੀ ਡੈਡਲਾਈਨ ਹੈ ਪਾਰਲੀਮੈਂਟ ਦੇ ਮੂਹਰੇ ਇਸ ਰਿਪੋਰਟ ਨੂੰ ਟੇਬਲ ਕਰਨ ਦੀ ਤੇ ਅੱਜ ਸਾਡੇ ਸਮੇਂ ਮੁਤਾਬਕ ਸਵੇਰ ਦੇ 9:00 ਵਜੇ ਇਸ ਨੂੰ ਪਾਰਲੀਮੈਂਟ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਣਾ ਤੇ ਉਹਦੇ ਵਿੱਚ ਕੋਈ ਰეკਮੈਂਡੇਸ਼ਨਸ ਵੀ ਜ਼ਰੂਰ ਹੋਣਗੀਆਂ ਕਿ ਅਮਰਜੈਂਸੀ ਐਕਟ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹਾਂ ਸੋ ਇਹ ਜਿਹੜੀ ਪਹਿਲਾਂ 31 ਜਨਵਰੀ ਡੈਡਲਾਈਨ ਸੀ ਫਿਰ ਉਹਨੂੰ ਵਧਾ ਕੇ 6 ਫਰਵਰੀ ਕੀਤਾ ਗਿਆ ਤੇ ਉਦੋਂ ਵੀ ਫਿਰ ਬਾਅਦ ਵਿੱਚ ਇਹਨਾਂ ਨੇ ਕਿਹਾ ਵੀ ਹੁਣ ਜਿਹੜੀ 20 ਫਰਵਰੀ ਵਾਲੀ ਡੈਡਲਾਈਨ ਬਹੁਤ ਨੇੜੇ ਆ ਗਈ ਸੋ ਕੈਬਨਿਟ ਦੇ ਸਾਹਮਣੇ ਇਸ ਰਿਪੋਰਟ ਨੂੰ ਪ੍ਰੈਜ਼ੈਂਟ ਹੀ ਨਹੀਂ ਕੀਤਾ ਗਿਆ ਸੋ ਕਹਿੰਦੇ ਵੀ ਅਸੀਂ ਉਹ ਜਿਹੜਾ ਆਰਡਰ ਸੀਗਾ ਉਹਦੇ ਵਿੱਚ ਚੇਂਜ ਕਰਾਂਗੇ ਵੀ ਕੈਬਨਿਟ ਦੇ ਸਾਹਮਣੇ ਨਾ ਪ੍ਰੈਜ਼ੈਂਟ ਕਰੋ ਸੋ ਅੱਜ 17 ਫਰਵਰੀ ਨੂੰ ਪਾਰਲੀਮੈਂਟ ਦੇ ਇਸ ਰਿਪੋਰਟ ਨੂੰ ਪੇਸ਼ ਕੀਤਾ ਜਾ ਰਿਹਾ ਤੇ ਜਿਵੇਂ ਤੁਸੀਂ ਬਿਲਕੁਲ ਸਹੀ ਦੱਸਿਆ ਕਿ ਇਹਦਾ ਮੇਨ ਟੀਚਾ ਤਾਂ ਇਹ ਹੈਗਾ ਕਿ ਇਹ ਫਿਗਰ ਆਊਟ ਕਰਨਾ ਵੀ ਇਹ ਅਮਰਜੈਂਸੀਜ਼ ਐਕਟ ਲਗਾਉਂਦੀ ਲੋੜ ਵੀ ਸੀ ਜਾਂ ਨਹੀਂ ਤੇ ਦੂਸਰਾ ਇਹਦੇ ਵਿੱਚ ਰეკਮੈਂਡੇਸ਼ਨਸ ਹੋਣਗੀਆਂ ਕਮਿਸ਼ਨਰ ਪਾਲ ਰੋਲੋ ਵੱਲੋਂ ਕਿ ਇਹ ਅਮਰਜੈਂਸੀਜ਼ ਐਕਟ ਦੇ ਵਿੱਚ ਕਿਹੜੀਆਂ ਕਿਹੜੀਆਂ ਹੋਰ ਤਰਮੀਮਾਂ ਕੀਤੀਆਂ ਜਾ ਸਕਦੀਆਂ ਨੇ ਕਿਉਂਕਿ 20-25 ਸਾਲ ਪੁਰਾਣਾ ਐਕਟ ਹੈ ਭਾਵੇਂ ਪਹਿਲੀ ਵਾਰ ਲਾਗੂ ਕੀਤਾ ਗਿਆ ਪਰ ਇਹਨੂੰ ਹੋਰ ਮਾਡਰਨਾਈਜ਼ ਕਿਵੇਂ ਕੀਤਾ ਜਾ ਸਕੇ ਥੋੜਾ ਜ਼ਿਆਦਾ ਪੁਰਾਣਾ ਹੋ ਗਿਆ ਵਸੇ 88 ਚ ਲਾਗੂ ਹੋਇਆ ਸੀ ਸੋ ਬਾਟ 35 ਈਅਰਸ ਥਿਸ ਈਅਰ ਯਾ 30 35 ਈਅਰਸ ਯਾ ਹਾਂ ਸੋ ਜੀ ਆਪਾਂ ਆਪਾਂ ਵੀ 80s ਦੇ ਜਾਨਾ ਹਾਂ ਐਗਜ਼ੈਕਟਲੀ ਮੇਰਾ ਧਿਆਨ ਤਾਂ ਉੱਧਰ ਹੀ ਗਿਆ ਯਾ ਸੋ 35 ਸਾਲ ਹੋ ਗਏ ਨੇ ਮੈਂ ਤਾਂ ਆਪਣੇ ਨੂੰ ਆਈ ਫੀਲ ਲਾਈਕ ਇਟ 25 ਇਅਰ 올 ਮੀ ਟੂ ਵਾਸੂ ਜੀ ਦੈਟਸ ਵਾਈ ਸੈਡ ਵੀ 25 ਸਾਲ ਤੇ ਮੈਂ ਆਪਣੇ ਸੋ ਯਾ ਸੋ ਉਹਦੇ ਵਿੱਚ ਹੋਣਗੀਆਂ ਰეკਮੈਂਡੇਸ਼ਨਸ ਵੀ ਇਹਨੂੰ ਹੋਰ ਮਾਡਰਨਾਈਜ਼ ਕਿਵੇਂ ਕੀਤਾ ਜਾਵੇ ਤੇ ਪਰ ਇਹ ਗੱਲ ਪੱਕੀ ਹੈ ਕਿ ਜਿਹੜੇ ਪ੍ਰੋਟੈਸਟਰ ਸੀ ਉਹ ਵੀ ਆਪਣਾ ਮਨ ਪੱਕਾ ਹੀ ਬਣਾਈ ਬੈਠੇ ਨੇ ਕਿ ਵੀ ਜੀ ਐਮਰਜੈਂਸੀ ਐਕਟ ਲਗਾਉਣ ਦੀ ਕੋਈ ਲੋੜ ਨਹੀਂ ਸੀ ਸਰਕਾਰ ਇਸ ਗੱਲ ਤੇ ਬਜ਼ਿੱਦਦਾ ਕਿ ਐਮਰਜੈਂਸੀ ਐਕਟ ਲਗਾਉਣ ਦੀ ਲੋੜ ਸੀ ਕੰਸਰਵੇਟਿਵਸ ਵਾਲੇ ਵੀ ਕਹਿੰਦੇ ਜੋ ਮਰਜ਼ੀ ਹੈ ਕਮਿਸ਼ਨ ਦੇ ਵਿੱਚ ਆ ਜਾਵੇ ਸਾਨੂੰ ਪੱਕਾ ਵਿਸ਼ਵਾਸ ਹੈ ਵੀ ਐਮਰਜੈਂਸੀ ਐਕਟ ਦੀ ਲੋੜ ਨਹੀਂ ਸੀ ਸੋ ਕੀ ਰეკਮੈਂਡੇਸ਼ਨਸ ਹੀ ਨੇ ਹੋਣਗੀਆਂ ਇਹਦੇ ਵਿੱਚ ਇੱਕ ਐਨਾਲਿਸਿਸ ਜਿਹਾ ਹੀ ਹੋਣਾ ਕੋਈ ਬਾਈਂਡਿੰਗ ਕੁਝ ਇਹਦੇ ਵਿੱਚ ਨਹੀਂ ਹੋਣਾ ਸੋ ਦੇਖਦੇ ਹਾਂ ਅੱਜ ਤਕਰੀਬਨ ਆਪਣੇ ਸਮੇਂ ਮੁਤਾਬਕ 9 ਵਜੇ ਉਮੀਦ ਕੀਤੀ ਜਾ ਰਹੀ ਹੈ ਕਿ ਪਾਰਲੀਮੈਂਟ ਵਿੱਚ ਰਿਪੋਰਟ ਪ੍ਰੇਜ਼ੈਂਟ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਵੀ ਕਰਨੀ ਹੈ ਤੇ ਫਿਰ ਵੱਖ-ਵੱਖ ਰਿਆ ਪਾਰਟੀਆਂ ਦਾ ਮੁੱਦਾ ਕਿ ਉਹਦੇ ਤੇ ਪ੍ਰतिकਰਮ ਵੀ ਆਏਗਾ। ਨਜ਼ਰ ਬਾਰੇ ਵਾਸੂ ਜੀ ਨੇ ਸ਼ਾਮ ਵਾਲੇ ਸ਼ੋਅ ਦੇ ਵਿੱਚ ਸਾਰੀ ਗੱਲ ਤੁਹਾਨੂੰ ਦੱਸ ਦੇਣੀ ਹੈ ਸ਼ਾਮ ਵਾਲਾ ਸ਼ੋਅ ਮੰਡੇ ਟੂ ਫਰਡੇ 7 ਪੀਐਮ ਟੂ 9 ਪੀਐਮ ਪੇਸ਼ ਕੀਤਾ ਜਾਂਦਾ ਹੈ। ਤੇ ਦੁਪਹਿਰ ਵਾਲਾ ਸ਼ੋਅ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਉਹਦੇ ਵਿੱਚ ਵੀ ਇਹਦੇ ਬਾਰੇ ਜ਼ਰੂਰ ਡੀਟੇਲ ਵਿੱਚ ਗੱਲ ਹੋਏਗੀ। ਜੀ ਬਿਲਕੁਲ ਸੋ ਸਾਡੇ ਤਿੰਨ ਟਾਕ ਸ਼ੋ ਤੋ denn ਦਪੈਰ ਵਾਲਾ ਸ਼ੋ 1 2 3 ਪੀਐਮ ਆਫ ਕੋਰਸ ਦਪੈਰ ਵਾਲਾ ਪੀਐਮ ਨਹੀਂ ਹੋਣਾ ਸ਼ਾਮ ਵਾਲਾ ਸ਼ੋ 7 2 9 ਪੀਐਮ ਜੀ ਵਾਸੀ ਜੀ ਬ੍ਰੇਕ ਲੈ ਲਈਏ ਹੁਣ ਇੱਕ ਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਨੀ ਹੈ ਵੀ ਟਿਪ ਦੇ ਦੇ ਕੇ ਡਾਡੇ ਪਰੇਸ਼ਾਨ ਨੇ ਕੈਨੇਡਾ ਦੇ ਵਸਨੀਕ ਤੇ ਸਭ ਤੋਂ ਵੱਧ ਪਰੇਸ਼ਾਨ ਨੇ ਬੀਸੀ ਵਾਲੇ ਇੱਕ ਸਰਵੇਖਣ ਸਾਹਮਣੇ ਆਇਆ ਵੀ ਟਿਪਿੰਗ ਕਲਚਰ ਕਿਸ ਹਿਸਾਬ ਦੇ ਨਾਲ ਟਿਪਿੰਗ ਪੁਆਇੰਟ ਤੇ ਪਹੁੰਚ ਗਿਆ ਉਹਦੇ ਬਾਰੇ ਗੱਲ ਕਰਦੇ ਆ ਖਬਰਾਂ ਹੋਰ ਵੀ ਕਈ ਨੇ ਬ੍ਰੇਕ ਲਈਏ ਬ੍ਰੇਕ ਤੋਂ ਪਹਿਲਾਂ ਇਹ ਦੱਸ ਦਈਏ ਕਿ ਲੰਡਨ ਟਾਇਲਜ਼ ਐਂਡ ਲਾਈਟਿੰਗ ਵਾਲੇ ਸੂਚਨਾ ਦੇ ਰਹੇ ਨੇ ਆ ਨਾ ਇਹਦੇ ਕੋਲ ਮਾਸਕ ਬਣਾਉਣ ਵਾਲੀ ਮਸ਼ੀਨ ਤੇ ਰੌ ਮਟੀਰੀਅਲ ਅਵੇਲੇਬਲ ਆ ਇਸ ਮਟੀਰੀਅਲ ਨਾਲ ਤੁਸੀਂ ਗ੍ਰੇਡ 2 ਮੈਡੀਕਲ ਮਾਸਕ ਬਣਾ ਸਕਦੇ ਹੋ ਜਿਹੜੇ ਕਿ ਹਸਪਤਾਲਾਂ ਦੇ ਵਿੱਚ ਯੂਜ਼ ਹੁੰਦੇ ਨੇ ਸਾਰੇ ਸਮਾਨ ਦੀ ਵੈਸੇ ਵੈਲਿਊ 2 ਲੱਖ ਡਾਲਰ ਪਰ ਸਹੀ ਬਾਏਰ ਸਾਰਾ ਸਮਾਨ 25 ਹਜ਼ਾਰ ਡਾਲਰ ਦੇ ਵਿੱਚ ਲੈ ਸਕਦਾ ਤੇ ਸੈਟਅਪ ਕਰਨ ਦੇ ਵਿੱਚ ਵੀ ਤੁਹਾਡੀ ਮਦਦ ਕਰਨਗੇ ਹੋਰ ਜਾਣਕਾਰੀ ਲਈ ਸੁਖਦੇਵ ਮੰਗੜ ਜੀ ਨੂੰ ਕਾਲ ਕਰਿਓ 3062029480 ਤੇ 3062029480 ਵਿਜੇ ਜੀ ਫੇਸਬੁਕ ਵਾਲੀ ਲਾਈਵ ਸਟ੍ਰੀਮ ਤੇ ਬਹੁਤ ਸਾਰੇ ਹੱਲਾਸ਼ੇਰੀ ਭਰੇ ਮੈਸੇਜ ਆ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਨਰਿੰਦਰ ਸੋਈ ਜੀ ਮਨਜੀਤ ਗਿੱਲ ਜੀ ਮਨਜੀਤ ਗਿੱਲ ਜੀ ਦਾ ਖਾਸ ਤੌਰ ਤੇ ਵਿਜੇ ਜੀ ਬਹੁਤ ਧੰਨਵਾਦ ਜਦੋਂ ਵੀ ਮਿਲਦੇ ਨੇ ਬੜੀ ਹੱਲਾਸ਼ੇਰੀ ਦਿਆ ਕਰਦੇ ਨੇ ਬਹੁਤ ਆਸ਼ੀਰਵਾਦ ਦਿੰਦੇ ਨੇ ਥੈਂਕ ਯੂ ਸੋ ਮੱਚ ਕਮਲਜੀਤ ਪਰਮਾਰ ਜੀ ਦਾ ਵੀ ਮੈਸੇਜ ਆਇਆ ਮਨਿੰਦਰ ਸਿੰਘ ਜੀ ਵੀ ਸੁਖਦੇਵ ਬਿਰਕ ਜੀ ਸਾਡੇ ਰੈਗੂਲਰ ਕੰਟਰੀਬਿਊਟਰ ਨੇ ਤੇ ਕਹਿੰਦੇ ਮੈਂ ਸਾਰੇ ਰੇਡੀਓਸ 2005 ਤੋਂ ਸੁਣਦਾ ਸੀ ਤੇ ਕਹਿੰਦੇ ਵੀ ਜਦੋਂ ਦਾ ਤੁਹਾਡਾ ਰੇਡੀਓ ਆਇਆ ਤੇ ਕਹਿੰਦੇ ਮੈਨੂੰ ਲੱਗਿਆ ਵੀ ਡਿਸਰਵਸ ਅ ਚੇਂਜ ਨਾਓ ਤੇ ਕਹਿੰਦੇ ਮੈਂ ਤੁਹਾਡਾ ਰੇਡੀਓ ਹੀ ਸੁਣਦਾ ਹਾਂ ਸੋਈ ਸਾਹਿਬ ਨੇ ਵੀ ਉਸ ਗੱਲ ਨੂੰ ਤਸਦੀਕ ਕੀਤਾ ਨਰਿੰਦਰ ਸੋਈ ਜੀ ਨੇ ਕਹਿੰਦੇ ਮੈਂ ਸੁਖਦੇਵ ਬਿਰਕ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਬਹੁਤ ਬਹੁਤ ਸ਼ੁਕ ਤੇ ਬੱਸ ਜੀ ਬ੍ਰੇਕ ਦੌਰਾਨ ਵੀਡੀਓ ਸਟ੍ਰੀਮ ਤੇ ਸਵਾਲ ਆਏਗਾ ਜੀ ਬਿਲਕੁਲ ਸੋ ਫੇਸਬੁੱਕ ਵਾਲੀ ਇਸੇ ਲਾਈਵ ਸਟ੍ਰੀਮ ਦੇ ਵਿੱਚ ਆ ਕੇ ਸ਼ਾਮਲ ਹੋਵੋ ਇਹ ਕਮੈਂਟਸ ਵੀ ਪੜੋ ਸਾਡੇ ਬਾਰੇ ਚੰਗੇ-ਚੰਗੇ ਕਮੈਂਟ ਆਏ ਹੋਏ ਨੇ ਇਸ ਲਾਈਵ ਸਟ੍ਰੀਮ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਬ੍ਰੇਕ ਦੌਰਾਨ ਜਿਹੜਾ ਸਵਾਲ ਆਏਗਾ ਉਹਦਾ ਉਹਦੇ ਤਿੰਨ ਆਪਸ਼ਨਸ ਨੇ ਸਹੀ ਜਵਾਬ ਆਪਸ਼ਨ ਨੰਬਰ ਸਾਡੇ ਨਾਲ ਸਾਂਝਾ ਕਰਿਓ ਕਮੈਂਟ ਸੈਕਸ਼ਨ ਵਿੱਚ ਤੇ ਤੁਸੀਂ ਥਿੰਕ ਇੰਸ਼ੋਰੈਂਸ ਵੱਲੋਂ 25 ਡਾਲਰ ਦਾ ਗੈਸ ਕਾਰਡ ਵੀ ਦੇ ਸਕਦੇ ਨੇ ਇੰਸ਼ੋਰੈਂਸ ਬੰਦੀ ਕਿਸੇ ਵੀ ਜਾਣਕਾਰੀ ਲਈ thinkinsurance.ca ਤੇ ਜਾਓ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਕਰਦੇ ਆਂ ਵਾਪਸੀ ਇੰਸ਼ੋਰੈਂਸ ਨੂੰ ਲੈ ਕੇ ਸੋਚ ਵਿੱਚ ਹੋ ਸਟਾਪ ਥਿੰਕਿੰਗ ਐਂਡ ਟਰਸਟ ਥਿੰਕ ਇੰਸ਼ੋਰੈਂਸ ਥਿੰਕ ਇੰਸ਼ੋਰੈਂਸ ਤੇ ਪਰਮਿੰਦਰ ਥਿੰਕ ਕ੍ਰਿਟੀਕਲ ਇਲਨੈਸ ਲਾਈਫ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਆਰਈਐਸਪੀ ਬਾਰੇ ਇਮਾਨਦਾਰ ਸਲਾਹ ਦਿੰਦੇ ਹਨ ਤੁਸੀਂ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਆਪ ਦੇ ਬਾਰੇ ਆਪ ਦੇ ਪਰਿਵਾਰ ਬਾਰੇ ਆਪ ਦੇ ਬੱਚਿਆਂ ਬਾਰੇ ਅੱਜ ਹੀ ਥਿੰਕ ਇਸ਼ੋਰੈਂਸ ਦੀ ਟੀਮ ਨੂੰ ਕੰਟੈਕਟ ਕਰੋ ਆਨਲਾਈਨ ਸਰਵਿਸਿਜ਼ ਲਈ ਥਿੰਕ ਇੰਸ਼ੋਰੈਂਸ.ca ਤੇ ਜਾਓ 24/7 ਪ੍ਰਾਈਸ ਐਸਟੀਮੇਟ ਚੈੱਕ ਕਰੋ ਅਤੇ ਇਨਸਟੈਂਟ ਆਨਲਾਈਨ ਕੋਟ ਪਾਓ ਕੋਈ ਹੋਲਾ ਨਹੀਂ ਹੋਰ ਜਾਣਕਾਰੀ ਲਈ ਕਾਲ ਪਰਮਿੰਦਰ ਥਿੰਕ 604 828 7213 कनेक्ट एफएम कनाडा ते ਤੁਸੀਂ ਇਸ ਵੇਲੇ ਸ਼ਾਮਲ ਹੋ ਸਵੇਰ ਵਾਲੇ ਸ਼ੋਅ ਵਿੱਚ ਜੋ ਕਿ ਮੰਡੇ ਟੂ ਫਰਡੇ ਸਵੇਰੇ 7 ਤੋਂ 10 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ ਤੇ ਕਨੈਕਟ ਐਫਐਮ ਤੇ ਹੀ ਦੁਪਹਿਰ ਨੂੰ 1 ਤੋਂ 3 ਵਜੇ ਤੱਕ ਜਸਪ੍ਰੀਤ ਸਿੱਧੂ ਜੀ ਲਿਆਉਂਦੇ ਨੇ ਦੁਪਹਿਰ ਵਾਲਾ ਸ਼ੋਅ ਤੇ ਸ਼ਾਮ ਨੂੰ 7 ਤੋਂ 9 ਵਜੇ ਹੁੰਦਾ ਹੈ ਸ਼ਾਮ ਵਾਲਾ ਸ਼ੋਅ ਵਾਸੂ ਕੁਮਾਰ ਦੇ ਨਾਲ ਸਾਰੇ ਟਾਕ ਸ਼ੋਅਸ ਵਿੱਚ ਉਹਨਾਂ ਮੁੱਦਿਆਂ ਬਾਰੇ ਗੱਲਬਾਤ ਹੁੰਦੀ ਹੈ ਜਿਹੜੇ ਤੁਹਾਡੀ ਸਾਡੀਆਂ ਜ਼ਿੰਦਗੀਆਂ ਨੂੰ ਡਾਇਰੈਕਟਲੀ ਪ੍ਰਭਾਵਿਤ ਕਰਦੇ ਨੇ ਸੋ ਜਾਣਕਾਰੀ ਭਰਪੂਰ ਡਿਸਕਸ਼ਨਜ਼ ਲਈ ਓਪਨ ਲਾਈਨ ਟਾਕ ਸ਼ੋਅ ਲਈ ਤੇ ਹੋਰ ਬਹੁਤ ਸਾਰੀ ਇੰਟਰਸਟਿੰਗ ਜਾਣਕਾਰੀ ਲਈ ਸੁਣਦੇ ਰਹੋ ਕਨੈਕਟ FM 91.5 ਅਸਲੀ ਰੇਡੀਓ ਜੇ ਲੈਣੇ ਹੋਣ ਤਾਜ਼ੇ ਫਰਤੇ ਸਬਜ਼ੀਆਂ, ਦਾਲਾਂ, ਡੇਰੀ ਪ੍ਰੋਡਕਟਸ, ਮਸਾਲੇ, ਆਟਾ ਜਾਂ ਫਿਰ ਰਾਈਸ ਤਾਂ ਆ ਜਾਓ ਫਾਰਮੈਂਟ ਸਪਾਈਸ ਕਿਉਂਕਿ ਇੱਥੇ ਮਿਲੂਗੀ ਤੁਹਾਨੂੰ ਬੈਸਟ ਕੁਆਲਿਟੀ ਤੇ ਬਾਜਰ ਪ੍ਰਾਈਸ ਫਾਰਮੈਂਟ ਸਪਾਈਸ ਗਰੋਸਰੀ ਸਟੋਰ ਦੇ ਵੀਕਐਂਡ ਆਫਰਸ ਜਾਣਨ ਲਈ ਇਹਨਾਂ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਜਾਂ farmandspice.com ਤੇ ਜਾਓ ਸਟੋਰ ਲੋਕੇਸ਼ਨਸ 1 ਐਟ ਯੂਨਿਟ 103 ਐਂਡ 104 14320 64 ਐਵੇਨਿਊ ਐਂਡ ਅਦਰ ਐਟ 96 ਐਂਡ 128 ਫਾਰਮੈਂਟ ਸਪਾਈਸ ਸਬਸ ਫਰੈਸ਼ ਹਮੇਸ਼ਾ Connect FM ਤੇ ਤੁਸੀਂ ਇਸ ਵੇਲੇ ਸ਼ਾਮ ਨੂੰ ਸਵੇਰ ਵਾਲੇ ਸ਼ੋਅ ਦੇ ਵਿੱਚ ਦੁਪਹਿਰ ਨੂੰ 1 ਤੋਂ 3 ਵਜੇ ਤੱਕ ਜਸਪੀ ਸਿੱਧੂ ਲੈ ਕੇ ਆਣਗੇ ਦੁਪਹਿਰ ਵਾਲਾ ਸ਼ੋਅ ਤੇ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਆਪਣੀ ਮੁਲਾਕਾਤ ਇੱਕ ਵਾਰ ਫਿਰ ਤੋਂ ਹੋਏਗੀ ਸ਼ਾਮ ਵਾਲੇ ਸ਼ੋਅ ਦੇ ਵਿੱਚ ਸੁਣਦੇ ਰਹੋ Connect FM 91.5 ਅਸਲੀ ਰੇਡੀਓ nectfm91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਵਾਸੂ ਜੀ ਵੀਡੀਓ ਸਟ੍ਰੀਮ ਤੇ ਸਵਾਲ ਆਇਆ ਸੀ ਕਿ ਕਿਹੜੀ ਕੰਪਨੀ ਹੈ ਜਿਸ ਨੇ ਕੈਨੇਡਾ ਦੇ ਵਿੱਚ ਇੱਕ ਆਡੀਓ ਰਿਕਾਰਡਿੰਗ ਦਾ ਫੀਚਰ ਸ਼ੁਰੂ ਕੀਤਾ so that ਉਹਨਾਂ ਦੇ ਉਸ ਕੰਪਨੀ ਨਾਲ ਕੰਮ ਕਰਨ ਵਾਲੇ ਵਰਕਰਸ ਤੇ ਉਹਨਾਂ ਦੇ ਗਾਹਕ ਦੋਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਕੱਲ ਆਪਾਂ ਇਹਦੇ ਬਾਰੇ ਗੱਲ ਕੀਤੀ ਸੀ ਸਹੀ ਜਵਾਬ ਸੀ ਆਪਸ਼ਨ ਨੰਬਰ 3 Uber ਤੇ ਜ਼ਿਆਦਾਤਰ ਸਹੀ ਜਵਾਬ ਹੀ ਆਏ ਨੇ ਕੰਟੈਸਟ ਦੇ ਸਾਡੇ ਅੱਜ ਦੇ winner ਬਣੇ ਨੇ ਬਲਰਾਜ ਪਠੱਲ ਜੀ ਬਨਰਾਲਪੁਰ ਠੱਲ ਜੀ ਨੂੰ ਮੁਬਾਰਕਾ ਹੋਣ ਤੁਸੀਂ ਥਿੰਕ ਇੰਸ਼ੋਰੈਂਸ ਵੱਲੋਂ 25 ਡਾਲਰ ਦਾ ਗੈਸ ਕਾਰਡ ਜਿੱਤ ਗਏ ਹੋ ਆਪਣਾ ਪ੍ਰਾਈਜ਼ ਕਲੇਮ ਕਰਨ ਦੇ ਲਈ ਸਾਡੇ ਫਰੰਟ ਡੈਸਕ ਤੇ ਕਾਲ ਕਰਿਓ 60496109156049040915 ਵਾਸਤੇ ਦਵਾਦਵ ਗੱਲ ਕਰੀਏ ਐਂਗਸ ਰੀਡ ਨੇ ਇੱਕ ਪੋਲ ਕੀਤੀ ਕਿ ਸਰਵੇਖਣ ਕੀਤਾ ਕਿ ਟਿਪ ਜਿਹੜੀ ਅਦਾ ਕੀਤੀ ਜਾਂਦੀ ਆ ਆਮ ਤੌਰ ਤੇ ਰੈਸਟੋਰੈਂਟਸ ਦੇ ਵਿੱਚ ਜਾਂ ਕੁਝ ਹੋਰ ਸੇਵਾਵਾਂ ਵਾਸਤੇ ਇਹ ਟਿਪਿੰਗ ਕਲਚਰ ਦੇ ਵਿੱਚ ਜਾਂ ਟਿਪ ਦੀ ਐਕਸਪੈਕਟੇਸ਼ਨ ਦੇ ਵਿੱਚ ਵਾਧਾ ਬਹੁਤ ਹੋ ਗਿਆ ਤੇ ਇਹਦੇ ਕਰਕੇ ਲੋਕੀ ਪਰੇਸ਼ਾਨ ਬਹੁਤ ਨੇ ਤੇ ਜੇ ਤੁਸੀਂ ਵੇਖੋ ਅਬਾਊਟ 66% ਨੇ ਗੱਲ ਆਖੀ ਕਿ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਹਾਨੂੰ ਜ਼ਿਆਦਾ ਟਿਪ ਦੇਣੀ ਚਾਹੀਦੀ ਹੈ ਤੇ ਜੇ ਇਹ ਦੇਖਿਆ ਜਾਵੇ ਕਿ 2116 ਦੇ ਵਿੱਚ ਕਿੰਨੇ ਕੋ ਲੋਕ ਸੀ ਜਿਨ੍ਹਾਂ ਨੇ ਕਿ 15% ਤੋਂ ਘੱਟ ਟਿਪ ਦਿੱਤੀ ਸੀ ਉਹ ਗਿਣਤੀ ਸੀ 43% ਤੇ ਜਿਹੜਾ ਪਿਛਲੇ ਮਹੀਨੇ ਦੇ ਅੰਤ ਤੇ ਸਰਵੇਖਣ ਹੋਇਆ ਇਹਦੇ ਵਿੱਚ ਇਹ ਕਿਹਾ ਜਾਂਦਾ ਕਿ ਹੁਣ ਸਿਰਫ 23% ਤੋਂ ਗਿਣਤੀ ਰਹਗੀ ਜਿਹੜੇ 15% ਤੋਂ ਘੱਟ ਟਿਪ ਦਿੰਦੇ ਨੇ ਤੇ 20% ਤੋਂ ਜ਼ਿਆਦਾ ਟਿਪ ਦੇਣਾ ਹੁਣ ਇੱਕ ਉਹਨੂੰ ਸਟੈਂਡਰਡ ਸਮਝਿਆ ਜਾਂਦਾ ਹੁਣ ਹਾਂ ਪਲੱਸ ਇਹਦੇ ਵਿੱਚ ਮੇਨ ਗੱਲ ਇਹ ਹੈ ਵੀ ਪੁੱਛਿਆ ਗਿਆ ਵੀ ਤੁਸੀਂ 15% ਤੱਕ ਟਿਪ ਦਿੰਦੇ ਹੋ ਹੂੰ ਸੋ 2016 ਵਿੱਚ 43% ਕਹਿੰਦੇ ਵੀ ਅਸੀਂ 15% ਤੱਕ ਤਾਂ ਟਿਪ ਦੇ ਦਿੰਦੇ ਆ ਹੂੰ ਤੇ ਇਹ ਇਸ ਸਾਲ ਜਦੋਂ ਪੁੱਛਿਆ ਗਿਆ ਜਨਵਰੀ ਦੇ ਅੰਤ ਵਿੱਚ ਹੋਇਆ ਸਰਵੇ ਤੇ 23% ਨੇ ਕਿਹਾ ਵੀ ਅਸੀਂ 15% ਤੱਕ ਟਿਪ ਦਿੰਦੇ ਆ ਜੀ ਤੇ ਟਿਪ ਕ੍ਰੀਪ ਸੋ ਇਹ ਕੀ ਚੀਜ਼ ਆ ਵੀ ਉਹ ਥਾਵਾਂ ਜਿੱਥੇ ਪਹਿਲਾਂ ਕੋਈ ਟਿਪ ਦੀ ਗੁੰਜਾਇਸ਼ ਨਹੀਂ ਸੀ ਹੁੰਦੀ ਆਮ ਤੌਰ ਤੇ ਮੰਨੀ ਨਹੀਂ ਜਾਂਦਾ ਵੀ ਇੱਥੇ ਲੋਡ ਆ ਟਿਪ ਦੇਣ ਦੀ ਖਾਸ ਤੌਰ ਤੇ ਟੇਕ ਆਊਟ ਯੈਸ ਤੇ ਉੱਥੇ ਵੀ ਹੁਣ ਟਿਪ ਐਕਸਪੈਕਟੇਸ਼ਨ ਹੋ ਜਾਂਦੀ ਜਿਹੜਾ ਉਹ ਕ੍ਰੈਡਿਟ ਕਾਰਡ ਵਾਲਾ ਜਿਹੜਾ ਪੇਮੈਂਟ ਟਰਮੀਨਲ ਆ ਉਹਦੇ ਵਿੱਚ ਪਹਿਲਾਂ ਹੀ ਪੇਮੈਂਟ ਤੋਂ ਪਹਿਲਾਂ ਆਪਸ਼ਨ ਆਂਦਾ ਵੀ ਟਿਪ ਦਿਓ ਤੇ ਉਹ ਪਹਿਲਾਂ ਵੀ ਜੀ ਦੇਖੋ ਪੈਂਡੈਮਿਕ ਤੋਂ ਪਹਿਲਾਂ ਹੀ ਬਹੁਤ ਲੰਮੇ ਵੀ ਦੂਰ ਜਾਣ ਦੀ ਲੋੜ ਨਹੀਂ 10% ਤੋਂ ਸ਼ੁਰੂ ਹੁੰਦਾ ਸੀ ਜਿਹੜਾ ਪਹਿਲਾ ਆਪਸ਼ਨ ਹੁੰਦਾ ਸੀ 10% ਹੋਇਆ ਕਰਦਾ ਸੀ ਟਿਪ ਦਾ ਹੁਣ ਉਹ ਪਹਿਲਾ ਆਪਸ਼ਨ 18% ਆ ਪਹਿਲਾ ਆਪਸ਼ਨ 18 ਜੇ ਤੁਸੀਂ ਉਸ ਨੂੰ ਇਹ ਸੋਚੋ ਨਾ ਵੀ ਜਿਆਦਾ ਜੇ ਤੁਸੀਂ ਉਹਨੂੰ ਨੋ ਕਰਨਾ ਜਾਂ ਜੇ ਤੁਸੀਂ ਕਹੋ ਨਹੀਂ ਮੈਂ ਡਾਲਰ ਵੈਲਿਊ ਕਰਦਾ ਕੰਪਲਿਕੇਟਡ ਆ ਉਹ ਕੰਪਲਿਕੇਟਡ ਹੈ ਨਾ ਕਿ ਇੱਕ ਤਰ੍ਹਾਂ ਇੱਕ ਵਾਰ ਪਹਿਲਾਂ ਅਸੀਂ ਇਹ ਰਿਪੋਰਟ ਵੀ ਸਾਂਝੀ ਕੀਤੀ ਸੀ ਵੀ ਉਹ ਕੰਪਲਿਕੇਟਡ ਕਹਿੰਦੇ ਜਾਣ ਬੁੱਝ ਕੇ ਬਣਾਇਆ ਗਿਆ ਕਿ ਜਿਹੜਾ ਬੰਦਾ ਉੱਥੇ ਖੜਾ ਫਿਰ ਉਹ ਟਿਪ ਵਾਲੀ ਸਕਰੀਨ ਤੇ ਉਹਨੂੰ ਦੇਖ ਰਿਹਾ ਹੁੰਦਾ ਵੀ ਇਹਨੂੰ ਕਿਵੇਂ ਵਿੱਚੋਂ ਨਿਕਲਾ ਜਾਂ ਕਿਵੇਂ ਵਿੱਚ ਤਬਦੀਲੀ ਕਰਾਂ ਕਿਉਂਕਿ ਉਹਦੇ ਵਾਸਤੇ ਉਹਨੂੰ ਐਮਬੈਰੈਸਮੈਂਟ ਦੇ ਤੌਰ ਤੇ ਬਣਾਇਆ ਗਿਆ ਹੁੰਦਾ ਵੀ ਜੇ ਤੁਸੀਂ ਉੱਥੇ ਜ਼ਿਆਦਾ ਸਮਾਂ ਲਗਾ ਰਹੇ ਹੋ ਥੈਨ ਇਟ ਆਲਮੋਸਟ ਗਿਵਸ ਐਨ ਇੰਡੀਕੇਸ਼ਨ ਜਿਹੜਾ ਬੰਦਾ ਪਿੱਛੇ ਲਾਈਨ 'ਚ ਖੜਾ ਵਿੱਚ ਇਹ ਟਿਪ ਦੇਣ ਤੋਂ ਭੱਜ ਰਿਹਾ ਜਾਂ ਸਾਹਮਣੇ ਵਾਲੇ ਬੰਦੇ ਦਾ ਵੀ ਇਹ ਇੱਕ ਓਵਰਾਲ ਮਾਹੌਲ ਅਜਿਹਾ ਬਣ ਜਾਂਦਾ ਕਿ ਪੇਮੈਂਟ ਕਰਨ ਖੜਾ ਵਿਅਕਤੀ ਉਹਨੂੰ ਲੱਗਦਾ ਵੀ ਯਾਰ ਹੁਣ ਮੈਨੂੰ ਟਿਪ ਦੇਣੀ ਪੈਣੀ ਆ ਨਹੀਂ ਤਾਂ ਇਹਦੇ ਵਿੱਚ ਤਾਂ ਮੇਰੀ ਹਤਕ ਹੋ ਜਾ ਉਹ ਕਹਿੰਦੇ ਆ ਟੇਕ ਆਊਟ ਦੇ ਵਿੱਚ ਟਿਪ ਦਾ ਕੀ ਮਤਲਬ ਹੈ ਕਹਿੰਦੇ ਸੀ ਆਪ ਤੁਹਾਡੇ ਕੋਲ ਆਏ ਤੁਸੀਂ ਕਹਿੰਦੇ ਆਰਡਰ ਬਣਾ ਕੇ ਦਿੱਤਾ ਸੀ ਆਪ ਪਿਕ ਕਰਕੇ ਲੈ ਕੇ ਜਾ ਰਹੇ ਆ ਉਹਦੇ ਵਿੱਚ ਸਰਵਿਸ ਵਾਲਾ ਤਾਂ ਕੋਈ ਐਂਗਲ ਨਹੀਂ ਹੈਗਾ ਜੀ ਇਹ ਕਹਿੰਦੇ ਵੀ অপਸ਼ਨ ਉੱਥੇ ਵੀ 18% ਦਾ ਹੀ ਆਂਦਾ ਟਿਪ ਦਾ ਤੇ ਜੇ ਸਕਿਪ ਕਰਨਾ ਤਾਂ ਯੂ ਹੈਵ ਟੂ ਸਕਿਪ ਥਰੂ ਆਲ ਦੋਸ ਹੂਪਸ ਤੇ ਇਹ ਸੋ ਕੱਲ ਅਸੀਂ ਸ਼ਾਮ ਵਾਲੇ ਸ਼ੋਅ ਦੇ ਵਿੱਚ ਇਹਦੇ ਬਾਰੇ ਕਾਫੀ ਡੀਟੇਲਸ ਗੱਲ ਕੀਤੀ ਪਾਪਲਾਈਨ ਸੀਗਾ ਤੇ ਲਿਸਨਰਸ ਨੇ ਜਦੋਂ ਕਾਲ ਕੀਤੀ ਉਹਦੇ ਵਿੱਚ ਵੀ ਜੀ ਸ਼ਾਮ ਜਿਵੇਂ ਅਸੀਂ ਕੱਲ ਵੀ ਗੱਲ ਕਰਦੇ ਸੀ ਵੀ ਬਹੁਤ ਸਾਰੇ ਜਿਹੜੇ ਉਬਰ ਡਿਲੀਵਰੀ ਡਰਾਈਵਰਸ ਨੇ ਉਹ ਸ਼ਾਮ ਵੇਲੇ ਰੋਡਸ ਤੇ ਹੁੰਦੇ ਨੇ ਤੇ ਉਹ ਸ਼ੋਅ ਸੁਣਿਆ ਕਰਦੇ ਨੇ ਬਹੁਤ ਸਾਰੇ ਉਬਰ ਡਰਾਈਵਰਸ ਨੇ ਫੋਨ ਕਰਕੇ ਦੱਸਿਆ ਕਹਿੰਦੇ ਕਈਆਂ ਦਾ ਕਹਿਣਾ ਸੀ ਕਹਿੰਦੇ ਵੀ ਸਿਰਫ 1% ਲੋਕ ਹੀ ਨੇ ਜਿਹੜੇ ਡਿਲੀਵਰੀ ਡਰਾਈਵਰਸ ਨੂੰ ਟਿ ਬੇਟ ਡਾਈਵਰਸ ਨੇ ਆ ਕੇ ਫੋਨ ਕਰਕੇ ਕਹਿੰਦੇ ਨੇ 90% ਲੋਕ ਟਿਪ ਦਿੰਦੇ ਨੇ ਕਈਆਂ ਨੇ ਕਿਹਾ 50% ਦਿੰਦੇ ਨੇ ਸੋ ਹਰ ਕਿਸੇ ਦਾ ਵੱਖਰਾ ਵੱਖਰਾ ਐਕਸਪੀਰੀਅנס ਹੈ ਆਪਣਾ ਆਪਣਾ ਤਜਰਬਾ ਤੇ ਇੱਕ ਗੱਲ ਹੋਰ ਬੜੀ ਸਾਹਮਣੇ ਆਈ ਕਿ ਲਿਕਰ ਸਟੋਰ ਤੇ ਵੀ ਕਹਿੰਦੇ ਹੁਣ ਟਿਪਿੰਗ ਕਹਿੰਦੇ ਉੱਥੇ ਐਕਸਪੈਕਟੇਸ਼ਨ ਆ ਵਟਸਐਪ ਤੇ ਹੁਣੇ ਮੈਸੇਜ ਆ ਗੱਲ ਸ਼ਾਮ ਨੂੰ ਵੀ ਬਹੁਤ سارے ਲੋਕਾਂ ਮੈਂ ਤਾਂ ਕਦੇ ਸ਼ਾਮ ਵਾਲਾ ਸ਼ੋ ਤਾਂ ਕਰਕੇ ਜਦ ਲਿਕਰ ਸਟੋਰ ਦੀ ਗੱਲ ਹੁੰਦੀ ਹੈ ਨਹੀਂ ਹੁਣੇ ਮੈਸੇਜ ਆ ਟਿਪਿੰਗ ਕਲਚਰ ਇਜ਼ ਆਊਟ ਆਫ ਹੈਂਡ ਇਵਨ ਲਿਕਰ ਸਟੋਰਸ ਆਸਕ ਫਾਰ ਅ ਟਿਪ ਨਾਊ ਸੋ ਕਹਿੰਦੇ ਵੀ ਉੱਥੇ ਲਿਕਰ ਸਟੋਰ ਤੇ ਕਹਿੰਦੇ ਕੀ ਟਿਪ ਦਾ ਮਤਲਬ ਹੈ ਅਸੀਂ ਆਪੇ ਕਹਿੰਦੇ ਆਪਣੀ ਸੋ ਸਾਡੇ ਲਿਸਨਰਸ ਵੀ ਜਿਹੜੇ ਇਸ ਵੇਲੇ ਸਾਡੇ ਨਾਲ ਟਿਊਨਡ ਨੇ ਉਹ ਫੇਸਬੁਕ ਤੇ ਮੈਸੇਜ ਕਰਕੇ ਦੱਸੋ WhatsApp ਤੇ ਮੈਸੇਜ ਕਰਕੇ ਦੱਸਣ ਕਿ ਤੁਸੀਂ ਕਿਹੜੀਆਂ ਕਿਹੜੀਆਂ ਥਾਵਾਂ ਤੇ ਜਾ ਕੇ ਤੁਹਾਨੂੰ ਲੱਗਦਾ ਵੀ ਟਿਪ ਦੇਣੀ ਬਣਦੀ ਹੈ ਤੇ ਉਹ ਕਿਹੜੀਆਂ ਥਾਵਾਂ ਨੇ ਜਿੱਥੇ ਟਿਪ ਬਣਦੀ ਨਹੀਂ ਪਰ ਐਕਸਪੈਕਟ ਕੀਤੀ ਜਾ ਰਹੀ ਹੈ ਹੁਣ BC ਦੇ ਵਿੱਚ ਲੋਕਾਂ ਨੂੰ ਟਿਪ ਜ਼ਿਆਦਾ ਦੇਣੀ ਪੈ ਰਹੀ ਹੈ ਜੇ ਨੈਸ਼ਨਲ ਐਵਰੇਜ ਦੇ BC ਦੇ ਰੈਜ਼ੀਡੈਂਟਸ ਨੇ ਕਿਹਾ ਟਿਪ ਕ੍ਰੀਪ ਐਜ਼ ਇਨ ਜਿੱਥੇ ਉਹਨਾਂ ਨੂੰ ਕਿਹਾ ਜਾਂਦਾ ਭਈ ਟਿਪ ਹੋਰ ਦੇ ਜਾਂ ਜਦੋਂ ਤੁਸੀਂ ਪੇਮੈਂਟ ਕਰਨ ਲੱਗੇ ਉਹਦੇ ਵਿੱਚ ਪਹਿਲਾਂ ਤਾਂ ਉੱਥੇ ਟਿਪ ਨਹੀਂ ਸੀ ਹੁੰਦੀ ਉਹਦੇ ਵਿੱਚ ਹੁਣ ਟਿਪ ਵਾਲਾ ਇੱਕ ਪਹਿਲਾਂ ਸਕਰੀਨ ਆ 73% ਨੇ ਕਿਹਾ ਕਹਿੰਦੇ ਅਸੀਂ ਇਹ ਨੋਟ ਕੀਤਾ ਵੀ ਹੁਣ ਉਹ ਐਕਸਪੈਕਟੇਸ਼ਨ ਹੈ 73% ਦਾ ਬੀਸੀ ਦੇ ਵਿੱਚ ਇਹ ਕਹਿਣਾ ਸੀ ਕਿ ਟਿਪ ਇਫਲੇਸ਼ਨ ਵੀ ਐਜ਼ ਇਨ ਵਿਦ ਟਿਪ ਵੀ ਹੁਣ ਬਹੁਤ ਜ਼ਿਆਦਾ ਐਕਸਪੈਕਟ ਕੀਤੀ ਜਾਂਦੀ ਹੈ ਪਹਿਲਾਂ 10% ਸੀ ਹੁਣ 18% ਤੋਂ ਸ਼ੁਰੂ ਹੋ ਰਹੀ ਹੈ ਇੱਕ ਹੋਰ ਨਾ ਭੁੱਲੀਏ ਕਿਉਂਕਿ ਵਸਤੀ ਟਿਪ ਪਰਸੈਂਟੇਜ ਤੇ ਬੇਸਡ ਹੈ ਜਿਹੜੀ ਬੇਸ ਪ੍ਰਾਈਸ ਉਹ ਵੀ ਤਾਂ ਵਧ ਗਈ ਆ ਆਈਟਮਸ ਦੀ ਸੋ ਜਿਹੜਾ ਫਰਜ਼ ਕਰੋ ਕੋਈ ਫੂਡ ਆਈਟਮ ਪਹਿਲਾਂ ਤੁਹਾਡੀ 50 ਡਾਲਰ ਦੀ ਹੁੰਦੀ ਸੀ ਜੇ ਹੁਣ ਉਹ 70 ਦੀ ਹੋ ਗਈ ਪਹਿਲਾਂ ਤੁਸੀਂ ਜੇ 50 ਤੇ 10% ਦਿੰਦੇ ਸੀ ਜਾਂ 15% ਦਿੰਦੇ ਸੀ ਹੁਣ ਤੁਸੀਂ Yeah. Yes. 70 ਤੇ 18% ਦੇਣਾ ਸੋ ਦੋਨੋਂ ਪਾਸਿਓਂ ਵਧ ਗਿਆ ਇੱਛਾ ਡਬਲ ਵੈਮੀ ਤੇ ਬੀਸੀ ਵਾਲਿਆਂ ਨੇ ਕਿਹਾ ਵੀ ਟਿਪ ਇਨਫਲੇਸ਼ਨ ਕਰਕੇ ਵੀ 73% ਪਰੇਸ਼ਾਨ ਨੇ ਜੋ ਕਿ ਨੈਸ਼ਨਲ ਐਵਰੇਜ ਦੇ ਮੁਕਾਬਲੇ 10% ਜ਼ਿਆਦਾ ਹੈ ਕਈਆਂ ਦਾ ਇਹ ਵੀ ਕਹਿਣਾ ਕਹਿੰਦੇ ਹੁਣ ਤੇ ਸਭ ਕੋ ਇਹੋ ਜਿਹਾ ਸਿਸਟਮ ਲਿਆਓ ਕਿ ਤੁਸੀਂ ਇੱਕ ਆਈਟਮ ਜੋ ਜੋ ਪ੍ਰੋਡਕਟ ਦੀ ਕਾਸਟ ਆ ਉਹਦੇ ਵਿੱਚ ਹੀ ਟਿਪ ਦਾ ਅਮਾਉਂਟ ਇਨਕਲੂਡ ਕਰ ਲਓ ਆ ਲੈਦੀ ਟਿਪ ਐਕਸਟਰਾ ਟਿਪ ਚਾਰਜ ਕਰਨ ਵਾਲਾ ਜਿਹੜਾ ਸਿਸਟਮ ਆ ਉਹ ਖਤਮ ਕਰ ਦੇਣਾ ਚਾਹੀਦਾ ਉਹ ਕਹ ਰਹੇ ਨੇ ਕਹਿੰਦੇ ਵੀ ਫੂਡ ਪ੍ਰਾਈਸ ਦੇ ਵਿੱਚ ਜਾਂ ਜਿਹੜੀ ਵੀ ਕੋਈ ਸਰਵਿਸ ਆ ਉਹਦੇ ਪ੍ਰਾਈਸ ਦੇ ਵਿੱਚ ਹੀ ਤੁਸੀਂ ਉਹ ਜਿਹੜੀ ਸਰਵਿਸ ਵਾਲੀ ਫੀ ਹੈ ਉਹ ਐਡੀਸ਼ਨਲ ਐਡ ਕਰ ਦਿਓ ਟਿਪ ਆ ਉਹਦੇ ਵਿੱਚ ਹੀ ਸ਼ਾਮਲ ਕਰੋ ਤੇ ਇਹ ਗੱਲ ਸੁਨਿਸ਼ਚਿਤ ਕਰੋ ਵੀ ਉਹਨਾਂ ਪੈਸਿਆਂ ਦੇ ਨਾਲ ਜਿਹੜੇ EMPLOYEES ਨੇ ਉਹਨਾਂ ਨੂੰ ਉਹਨਾਂ ਦੀ ਕੰਪਨਸੇਸ਼ਨ ਵਧਾਈ ਜਾਵੇ ਕਿਉਂਕਿ ਇੱਕ ਬਹੁਤ ਵੱਡਾ ਕਨਸਰਨ ਇਹ ਵੀ ਹੈ ਕਹਿੰਦੇ ਸੀ ਟਿਪ ਦੇ ਵੀ ਦਵਾਂਗੇ ਪਰ ਕਹਿੰਦੇ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਹ ਜਿਹੜੀ ਟਿਪ ਹੈ ਉਹ ਉਸੇ EMPLOYE तक ਪਹੁੰਚੇਗੀ ਵੀ ਉਹਨੂੰ EMPLOYER ਹੀ ਨਹੀਂ ਰੱਖ ਲਏਗਾ ਇਹ ਵੀ ਬੜਾ ਵੱਡਾ ਕਨਸਰਨ ਹੈ ਕਿ ਬਹੁਤ ਸਾਰੇ ادارےਾਂ ਦੇ ਵਿੱਚ ਇਦਾਂ ਹੋ ਰਿਹਾ ਕਿ ਤੁਸੀਂ ਟਿਪ ਦਿੰਦੇ ਹੋ ਪਰ ਉਹ ਜਿਹੜੀ ਟਿਪ ਹੈ ਉਹ EMPLOYEER ਹੀ ਰੱਖ ਲੈਂਦਾ ਆਪਣੇ ਕੋਲ ਤੇ ਉਹ ਐਕਚੁਅਲ ਜਿਹੜਾ ਜਿਹਨੇ ਤੁਹਾਨੂੰ ਸਰਵਿਸ ਦਿੱਤੀ ਹੈ ਜਿਹੜੇ ਮੁਲਾਜ਼ਮ ਨੇ ਉਹਦੇ ਕੋਲ ਪਹੁੰਚਦੀ ਨਹੀਂ ਬਸ ਇਹ ਟਿਪ ਤੋਂ ਹੁਣ ਗੱਲ ਕਰਾਂਗੇ ਟਿਪ ਦੀ ਟਿਪ ਮੈਕਲਮ ਦੀ ਪਰ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਪ੍ਰੋਗਰਾਮ ਦੇ ਇਹ ਹਿੱਸੇ ਨੂੰ DK FLOORS ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ ਅ ਇੰਜੀਨੀਅਰਡ ਵਾਈਨਲ ਤੇ ਵਾਟਰਪਰੂਫ ਲੈਮੀਨੇਟ ਫਲੋਰਿੰਗ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਫਲੋਰਿੰਗ ਮਟੀਰੀਅਲ ਚੋਂ ਕਸਟਮ ਸਟੇਅਰਜ਼ ਵੀ ਬਣਵਾ ਸਕਦੇ ਹੋ ਡੀਕੇ ਫਲੋਰਸ ਤੁਹਾਡੇ ਫਲੋਰਿੰਗ ਪ੍ਰੋਜੈਕਟ ਦਾ ਬਜਟ ਫ੍ਰੈਂਡਲੀ ਸਟੋਰ ਹੈ ਸਰੀ ਵਿੱਚ 76 ਤੇ 134 ਤੇ ਕਾਲ 7788581701 778 858 1701 DK Floors ਤੇ Punjab Insurance ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪான்ਸਰ ਨੇ ਸੰਦੀਪ ਆਹੂਜਾ ਪੰਜਾਬ ਇੰਸ਼ੋਰੈਂਸ ਤੋਂ ਜਾਣਕਾਰੀ ਦੇ ਰਹੇ ਨੇ ਕਿ 3 ਮਹੀਨੇ ਦਾ এডੂਕੇਸ਼ਨ ਅਵੇਅਰਨੈਸ ਪ੍ਰੋਗਰਾਮ ਲੈ ਕੇ ਆਏ ਨੇ ਜੋ ਤੁਹਾਡੇ ਬੱਚਿਆਂ ਵਾਸਤੇ ਇੱਕ ਬੜੀ ਵਧੀਆ ਆਪਰਚ्युनिटी ਹੋ ਸਕਦੀ ਹੈ ਇਸ ਪਲਾਨ ਦੇ ਵਿੱਚ ਤੁਸੀਂ ਅਪ ਟੂ 15% 15% ਐਡੀਸ਼ਨਲ ਗੈਰੰਟੀਡ ਬੋਨਸ ਹਾਸਲ ਕਰ ਸਕਦੇ ਹੋ ਜੋ ਕਿ 7500 ਡਾਲਰ ਤੱਕ ਦਾ ਹੋ ਸਕਦਾ ਹੈ ਮੌਕਾ ਫੇਰ ਨਹੀਂ ਆਉਣਾ ਅੱਜ ਹੀ ਪੰਜਾਬ ਇੰਸ਼ੋਰੈਂਸ ਦੇ ਰਸ਼ਮੀ ਆਹੂਜਾ ਜਾਂ ਸੰਦੀਪ ਆਹੂਜਾ ਨੂੰ ਕਾਲ ਕਰੋ 6046031313 604 6073131315 ਇੰਸ਼ੋਰੈਂਸ ਵੀਰੇ ਜੀ ਇੱਥੇ ਫੇਸਬੁੱਕ ਤੇ ਬਹੁਤ ਸਾਰੇ ਮੈਸੇਜ ਆਏ ਨੇ ਕਹਿੰਦੇ ਕੈਬ ਡਰਾਈਵਰਸ ਵਾਸਤੇ ਰੈਸਟੋਰੈਂਟਸ ਦੇ ਵਿੱਚ ਸਰਵਰਸ ਵਾਸਤੇ ਅ ਡਿਲੀਵਰੀ ਡਰਾਈਵਰਸ ਵਾਸਤੇ ਜਿਹੜੇ ਕਿ ਇਹਨੇ ਬੁਰੇ ਵੈਦਰ ਦੇ ਵਿੱਚ ਵੀ ਤੁਹਾਨੂੰ ਡਿਲੀਵਰੀ ਦੇ ਰਹੇ ਨੇ ਕਹਿੰਦੇ ਇਹਨਾਂ ਨੂੰ ਟਿਪ ਦੇਣੀ ਜ਼ਰੂਰ ਬਣਦੀ ਆ ਪਰ ਪਿਕ ਅਪ ਆਰਡਰਸ ਦੇ ਉੱਤੇ ਕਹਿੰਦੇ ਹਰਗੇਜ਼ ਕਹਿੰਦੇ ਟਿਪ ਨਹੀਂ ਐਕਸਪੈਕਟ ਕੀਤੀ ਜਾਣੀ ਚਾਹੀਦੀ ਬਸ ਜੀ WhatsApp ਤੇ ਵੀ ਬਹੁਤ ਮੈਸੇਜਸ ਨੇ ਕਹਿੰਦੇ ਟਿਪ ਤਾਂ ਉੱਥੇ ਦੇਣੀ ਬਣਦੀ ਹੈ ਜਿੱਥੇ ਕਿਸੇ ਨੇ ਬਹੁਤ ਵਧੀਆ ਕੰਮ ਕੀਤਾ ਦੇ ਅਬਵਨ ਬਿਓਂਡ ਜੇ ਤੁਹਾਨੂੰ ਖੁਸ਼ੀ ਹੋਈ ਹੋਵੇ ਉਸ ਦੀ ਉਹ ਸਰਵਿਸ ਹਾਸਲ ਕਰਕੇ ਕਹਿੰਦੇ ਅਦਰਵਾਇਰ ਅਦਰਰ ਦੈਨ ਥੈਟ ਕਹਿੰਦੇ ਕੋਈ ਇਸ ਤਰ੍ਹਾਂ ਟਿਪ ਦੇਣ ਦਾ ਮਤਲਬ ਨਹੀਂ ਹੈ ਗਵਿੰਦਰ ਗਰਚਾਈ ਦਾ ਮੈਸੇਜ ਸੀ ਬਹੁਤ ਡਰਾਈਵਰਸ ਨੇ ਵੇਚੇ ਜੀ ਉਹਨਾਂ ਨੇ ਕੱਲ ਕੁਝ ਬੜੇ ਸਟੈਟਸ ਵੀ ਸਾਂਝੇ ਕੀਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਕਹਿੰਦੇ ਉਹਨਾਂ ਦਾ ਜਿਹੜਾ ਸਾਰੇ ਦਾ ਸਾਰਾ ਅ ਕੈਲੋ ਵੀ ਕੰਮ ਜਿਹੜਾ ਹੈਗਾ ਉਹ ਟਿਪ ਦੇ ਆਧਾਰ ਤੇ ਹੀ ਚੱਲ ਰਿਹਾ ਕਹਿੰਦੇ ਜੇ ਸਿਰਫ রাইਡਸ ਤੋਂ ਜਿਹੜੇ ਪੈਸੇ ਮਿਲਦੇ ਨੇ ਉਬਰ ਤੋਂ ਜੇ ਉਹ ਉਹੀ ਬਣਾ ਲਓ ਫਿਰ ਵਾਰਾ ਨਹੀਂ ਖਾਣਾ ਤਾਈਂ ਗੱਲ ਉੱਥੇ ਆਉਂਦੀ ਵੀ ਸਰਵਿਸ ਦੇ ਵਿੱਚ ਹੀ ਤੁਸੀਂ ਪ੍ਰਾਈਸ ਐਡ ਕਰ ਲਓ ਰਾਦਰ ਦੈਨ ਦ ਟਿਪ ਤੇ ਉਬਰ ਵਾਲਿਆਂ ਨੇ ਇਹ ਵੀ ਕਿਹਾ ਕਹਿੰਦੇ ਵੀ ਜੇ ਤੁਸੀਂ ਟਿਪ ਦੇਣੀ ਹੈ ਡਰਾਈਵਰ ਨੂੰ ਕਹਿੰਦੇ ਦਿਓ ਜ਼ਰੂਰ ਤੇ ਜੇ ਤੁਸੀਂ ਜ਼ਿਆਦਾ ਚਾਹੁੰਦੇ ਹੋ ਤੇ ਕਹਿੰਦੇ ਟਿਪ ਡਰਾਈਵਰ ਨੂੰ ਕੈਸ਼ ਦੇ ਦਿਓ ਕਿ ਜੇ ਤੁਸੀਂ ਉਸ ਉਬਰ ਦੀ ਐਪ ਤੇ ਜਾ ਕੇ ਦਿੰਦੇ ਹੋ ਇੱਕ ਬਹੁਤ ਵੱਡਾ ਸ਼ੇਅਰ ਉਬਰ ਆਪ ਰੱਖ ਲੈਂਦਾ ਡਰਾਈਵਰ ਤੱਕ ਸਿੱਧੇ ਉਹ ਪੈਸੇ ਪੂਰੇ ਨਹੀਂ ਪਹੁੰਚਦੇ ਜੀ ਜੀ ਜ ਡਿਲੀਵਰੀ ਵਗੈਰਾ ਕਰਨ ਆਉਂਦੇ ਨੇ ਕਹਿੰਦੇ ਉਹਨਾਂ ਨੂੰ ਵੀ ਜੇ ਟਿਪ ਦੇਣੀ ਹੈ మేਕ ਸ਼ੋਰ ਯੂ ਗਿਵ ਇਟ ਟੂ ਥੈਮ ਕੈਸ਼ ਕਈ ਲੋਕ ਰੈਸਟੋਰੈਂਟਸ ਦੇ ਵਿੱਚ ਜਾ ਕੇ ਕਈਆਂ ਨੇ ਵਸਤੂ ਜੀ ਇਹ ਵੀ ਆਦਤ ਬਣਾਈ ਹੈ ਰੈਸਟੋਰਨ ਸਰਵਰ ਨੂੰ ਪੁੱਛ ਲੈਂਦੇ ਨੇ ਕਿ ਬੱਚੇ ਕਈ ਕੰਮ ਕਰ ਰਹੇ ਨੇ ਕਹਿੰਦੇ ਬੱਚੇ ਜੇ ਟਿਪ ਦਈਏ ਇਹ ਤੁਹਾਨੂੰ ਮਿਲੇਗੀ ਕਿ ਕੀ ਹੁੰਦਾ ਉਹ ਫਿਰ ਕਈ ਵਾਰੀ ਬੱਚੇ ਓਨੈਸਟਲੀ ਕਈ ਤਾਂ ਵਿਚਾਰੇ ਸੰਘਦੇ ਨੇ ਡਰਦੇ ਨੇ ਪਰ ਕਈ ਦੱਸ ਦਿੰਦੇ ਨੇ ਨਹੀਂ ਜੀ ਮਿਲਦੀ ਨਹੀਂ ਫਿਰ ਉਹ ਉਹਨਾਂ ਬਾਕੀ ਪੇਮੈਂਟ ਕਾਰਡ ਤੋਂ ਕਰ ਦਿੰਦੇ ਨੇ ਉਸ ਸਰਵਰ ਨੂੰ ਬੱਚੇ ਨੂੰ ਤੁਸੀਂ ਜਿਹੜੀ ਟਿਪ ਹੈਗੀ ਹੈ ਕੈਸ਼ ਦੇ ਦਿਓ ਜਿਹੜੇ ਜਿਹੜੇ ਛੋਟੇ ਬਿਜ਼ਨੈਸਸ ਨੇ ਨਾ ਚਲੋ ਉੱਥੇ ਗੱਲ ਸਮਝ ਵੀ ਆ ਜਾਂਦੀ ਵੀ ਬਿਜ਼ਨਸ ਵੀ ਸਟਰਗਲ ਕਰ ਰਹੇ ਨੇ ਉਹਨਾਂ ਵਾਸਤੇ ਵੀ ਔਖਾ ਪਰ ਜਿਹੜੇ ਉਪਰ ਵਰਗੇ ਵੱਡੇ ਵੱਡੇ ਕਾਰਪੋਰੇਸ਼ਨਸ ਨੇ ਕਿੰਨੀ ਮਾੜੀ ਗੱਲ ਹੈ ਉਬਰ ਨੇ ਹੁਣੇ ਆਪਣਾ ਟਿਪ ਦੇ ਵਿੱਚੋਂ ਤੁਸੀਂ ਏਡਾ ਵੱਡਾ ਸ਼ੇਅਰ ਆਪਣੇ ਕੋਲ ਰੱਖੀ ਜਾ ਰਹੇ ਹੋ ਵਾਸੂ ਜੀ ਉਬਰ ਨੇ ਹੁਣੇ ਆਪਣੀ ਅਰਨਿੰਗਸਾਂ ਜੀਆਂ ਕੀਤੀਆਂ ਸੀ ਐਂਡ ਬਾਕੀ ਦੀ ਰਾਈਡ ਹੀਲਿੰਗ ਕੰਪਨੀਆਂਜ਼ ਦੇ ਮੁਕਾਬਲੇ ਦੇ ਡਿਡ ਰੀਲੀ ਵੈਲ ਇਨ ਦ ਪ੍ਰੀਵੀਅਸ ਕੁਆਟਰ ਯੈਸ ਵਾਸੂ ਕਿ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਵਾਸਤੇ ਬੈਂਕ ਆਫ ਕੈਨੇਡਾ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਸੋ ਉਸ ਹੀアリング ਦੇ ਵਿੱਚ ਕਲ ਟਿਫ ਮੈਕਲਮ ਨੂੰ ਤਲਬ ਕੀਤਾ ਗਿਆ ਸੀ ਸਵਾਲ ਜਵਾਬ ਹੋਏ ਉਥੇ ਤੇ ਉਹਨਾਂ ਨੂੰ ਪੁੱਛਿਆ ਗਿਆ ਐਮਪੀਜ਼ ਵੱਲੋਂ ਕਿ ਤੁਸੀਂ ਇਨਫਲੇਸ਼ਨ ਨੂੰ 2% ਤੇ ਲਿਆਉਣ ਲਈ ਕੀ ਕੁਝ ਕਰ ਰਹੇ ਹੋ ਨਾਲ ਹੀ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਫੈਡਰਲ ਸਰਕਾਰ ਨੇ ਜਿਹੜੇ ਖਰਚੇ ਕੀਤੇ ਨੇ ਬਹੁਤ ਜ਼ਿਆਦਾ ਉਹਨਾਂ ਬਾਰੇ ਤੁਹਾਡਾ ਕੀ ਸੋਚਣਾ ਤੇ ਟਿਫ ਮੈਕਲਮ ਕਹਿੰਦੇ ਵੀ ਦੇਖੋ ਭਾਈ ਤੁਸੀਂ ਇਸ ਗੱਲ ਨੂੰ ਆਪਸ ਦੇ ਵਿੱਚ ਮਿਕਸ ਰਲਗੜ ਨਾ ਕਰੋ ਕਿ ਜਿਹੜੇ ਸਰਕਾਰ ਨੇ ਸਪੈਂਡਿੰਗ ਦੇ ਕੀ ਡਿਸੀਜਨਸ ਲੈਣੇ ਨੇ ਉਹਦੇ ਉੱਪਰ ਬੈਂਕ ਆਫ ਕੈਨੇਡਾ ਦਾ ਜਾਂ ਐਸ ਦੀ ਗਵਰਨਰ ਆਫ ਬੈਂਕ ਆਫ ਕੈਨੇਡਾ ਕਹਿੰਦੇ ਮੇਰਾ ਕੋਈ ਇਖਤਿਆਰ ਨਹੀਂ ਆ ਕਹਿੰਦੇ ਸਰਕਾਰ ਦੀ ਪਾਲਿਸੀ ਕੀ ਰਣੀ ਫਿਸਕਲ ਪਾਲਿਸੀ ਕਹਿੰਦੇ ਤੁਹਾਡਾ ਕੰਮ ਆ ਤੁਸੀਂ ਇਹ ਮੈਂਬਰਸ ਆਫ ਪਾਰਲੀਮੈਂਟ ਹੈਗੇ ਹੋ ਉੱਥੇ ਸਰਕਾਰ ਦੀ ਜਵਾਬਦੇਹੀ ਕਰਨੀ ਤੁਹਾਡਾ ਇਹ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਬੈਂਕ ਆਫ ਕੈਨੇਡਾ ਨੂੰ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਦੇ ਜਿਹੜੇ ਸਪੈਂਡਿੰਗ ਡਿਸੀਜਨਸ ਨੇ ਉਹ ਕਿਹੋ ਜਿਹੇ ਨੇ ਕਹਿੰਦੇ ਅਸੀਂ ਤਾਂ ਡਿਸੀਜਨਸ ਇਨਫਲੂਐਂਸ ਕਰਦੇ ਨਹੀਂ ਅਸੀਂ ਉਹਨਾਂ ਨੂੰ ਫੈਕਟਰ ਇਨ ਜ਼ਰੂਰ ਕਰਦੇ ਆ ਜਦੋਂ ਅਸੀਂ ਆਪਣੀਆਂ ਇਨਫਲੇਸ਼ਨ ਦੇ ਉੱਪਰ ਦਾ ਅਸਰ ਕੀ ਪੈਣਾ ਪਰ ਜੇ ਇਹ ਸਵਾਲ ਤੁਸੀਂ ਪੁੱਛਣਾ ਕਹਿੰਦੇ ਮੈਨੂੰ ਪੁੱਛਣਾ ਵਾਲਾ ਸਵਾਲ ਨਹੀਂ ਸਰਕਾਰ ਨੂੰ ਪੁੱਛੋ ਕਹਿੰਦੇ ਮੋਨਟਰੀ ਪਾਲਿਸੀ ਮੇਰਾ ਕੰਮ ਹੈ ਉਹਦੇ ਬਾਰੇ ਸਵਾਲ ਪੁੱਛੋ ਫਿਸਕਲ ਪਾਲਿਸੀ ਤੁਹਾਡਾ ਕੰਮ ਹੈ ਕਹਿੰਦੇ ਯੂ ਮੈਨੇਜ ਇਟ ਸੋ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਮੇਨ ਇਹਦਾ ਫੋਕਸ ਸੀ ਇਹ ਇਹਨਾਂ ਨੂੰ ਸਮਨ ਕਰਨ ਦਾ ਕਿ ਇਹਨਾਂ ਨੂੰ ਮੋਨਟਰੀ ਪਾਲਿਸੀ ਬਾਰੇ ਹੀ ਸਵਾਲ ਪੁੱਛੇ ਜਾਣ ਕਿ ਤੁਸੀਂ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਬੈਂਕ ਆਫ ਕੈਨੇਡਾ ਆਪਨੇ ਪੱਧਰ ਤੇ ਕੀ ਕੁਝ ਕਰ ਰਿਹਾ ਪਰ ਪੋਲਿਟਿਸ਼ੀਅਨਸ ਨੇ ਤੇ ਪਾਰਲੀਮੈਂਟ ਵਿੱਚ ਜਾਣਗੇ ਤਾਂ ਪੋਲਿਟਿਕਸ ਤਾਂ ਹੋਏਗੀ ਸੋ ਉੱਥੇ ਉਹਨਾਂ ਨੇ ਪੋਲਿਟিক্যাল ਸਵਾਲ ਪੁੱਛ ਵਿਜੇ ਜੀ ਦੋ ਤਿੰਨ ਚੀਜ਼ਾਂ ਐ ਜੋ ਹੋਰ ਹਾਈਲਾਈਟ ਹੋਈਆਂ ਜੀ ਹਾਂਜੀ ਪਲੀਜ਼ ਸੌਰੀ ਕਿਉਂਕਿ ਸਮਾਂ ਬਹੁਤ ਘੱਟ ਆਈ نو देयर ਇਜ਼ ਅ ਲੋਟ ਆਫ ਇਨਫੋ ਇੱਕ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਇਮੀਗ੍ਰੇਸ਼ਨ ਦਾ ਇਹਦੇ ਉੱਪਰ ਕੀ ਅਸਰ ਪੈ ਰਿਹਾ ਉਹਨਾਂ ਨੇ ਇਹ ਗੱਲ ਆਖੀ ਕਹਿੰਦੇ ਵੀ ਸਾਡੀ ਲੇਬਰ ਮਾਰਕੀਟ ਟਾਈਟ ਹੋਣ ਕਰਕੇ ਸਾਨੂੰ ਨਵੇਂ ਇਮੀਗ੍ਰੈਂਟਸ ਦੀ ਲੋੜ ਹੈ ਨਵੇਂ ਲੋਕੀ ਆਉਣਗੇ ਤਾਂ ਕਾਮਿਆਂ ਦੀ ਗਿਣਤੀ ਵਧੇਗੀ ਲੇਬਰ ਮਾਰਕੀਟ ਦੇ ਵਿੱਚ ਥੋੜਾ ਸੁਖ ਦਾ ਸਾਹ ਆਣਾ ਕਹਿੰਦੇ ਪਰ ਇਹ ਵੀ ਨਾ ਭੁੱਲੋ ਕਿ ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਨੇ ਉਹ ਡਿਮਾਂਡ ਵੀ ਤੇ ਵਧਾਉਂਦੇ ਨੇ ਉਹ ਇੱਥੇ ਆ ਕੇ ਜਦੋਂ ਖਰਚਾ ਕਰਦੇ ਨੇ ਜਦੋਂ ਡਿਮਾਂਡ ਵੱਧਦੀ ਆ ਉਸ ਵਧੀ ਹੋਈ ਡਿਮਾਂਡ ਕਰਕੇ ਇਨਫਲੇਸ਼ਨ ਨੂੰ ਹੋਰ ਜ਼ਿਆਦਾ ਫਿਰ ਹਵਾ ਮਿਲ ਜਾਂਦੀ ਆ ਯਾ ਸੋ ਇੱਕ ਵੀ ਪੁੱਛਿਆ ਗਿਆ ਵੀ ਕਾਰਬਨ ਟੈਕਸ ਜੇ ਨਾ ਹੋਵੇ ਤੇ ਉਹਦੇ ਨਾਲ ਇਨਫਲੇਸ਼ਨ ਦੇ ਉੱਤੇ ਕੀ ਫਰਕ ਪਏਗਾ ਉਹ ਕਹਿੰਦੇ 0.1% ਦਾ ਫਰਕ ਪਏਗਾ ਜਿਹੜਾ ਐਕਚੁਅਲ ਫਿਗਰ ਆਂਦਾ ਉਹਦੇ ਵਿੱਚ ਤੇ ਕਹਿੰਦੇ ਵੀ ਜੇ ਤੁਸੀਂ ਕਾਰਬਨ ਟੈਕਸ ਹਟਾ ਦਿੰਦੇ ਹੋ ਪਹਿਲੇ ਸਾਲ ਤਾਂ ਕਹਿੰਦੇ ਤੁਸੀਂ ਦੇਖੋਗੇ ਇਨਫਲੇਸ਼ਨ 0.5% ਘਟ ਜਾਏਗੀ ਪਰ ਕਹਿੰਦੇ ਅੰਦਰ ਲੌਂਗਰ ਰਨ ਕੋਈ ਬਹੁਤਾ ਫਰਕ ਨਹੀਂ ਪੈਣਾ ਸੋ ਉਹਨਾਂ ਨੇ ਪੋਲਿਟੀਕਲ ਸਵਾਲਾਂ ਦੇ ਵੀ ਜਵਾਬ ਦੇ ਦਿੱਤੇ ਹਾਲਾਂਕਿ ਉਹ ਚਾਹੁੰਦੇ ਨਹੀਂ ਸੀ ਇਹਦੇ ਵਿੱਚ ਵੀ ਜੀ ਤੁਸੀਂ ਦੇਖੋ ਬਾਰੇ ਵੀ ਆਣ ਵਾਲੇ ਤੁਸੀਂ ਹੋਰ ਵਧਾਉਂਗੇ ਕੀ ਕਰੋਗੇ ਕਿਦਾਂ ਕਰੋਗੇ ਟਿਫ ਮੈਕਲਮ ਨੇ ਆਪਣੀ ਪੁਰਾਣੀ ਗੱਲ ਹੀ ਦੁਹਰਾਈ ਹੈ ਤੁਸੀਂ ਵੱਖ-ਵੱਖ ਰੀਆਂ ਏਜੰਸੀਆਂ ਦੀ ਜਾ ਕੇ ਰਿਪੋਰਟਸ ਪੜ੍ਹੋਗੇ ਨਾ ਜੇ ਐਸੋਸੀਏਟਿਡ ਪ੍ਰੈਸ ਨੇ ਕੁਝ ਹੋਰ ਲਿਖਿਆ ਕੈਨੇਡੀਅਨ ਪ੍ਰੈਸ ਕੁਝ ਹੋਰ ਲਿਖ ਰਹੀ ਹੈ ਹਰ ਕੋਈ ਆਪਣੇ ਆਪਣੇ ਚਸ਼ਮੇ ਤੋਂ ਦੇਖ ਰਿਹਾ ਕਈਆਂ ਨੇ ਲਿਖਤਾ ਕਿ ਟਿਫ ਮੈਕਲਮ ਕਹਿੰਦੇ ਆ ਕਿ ਅਸੀਂ ਇੰਟਰਸਟ ਰੇਟਸ ਹੋਰ ਵਧਾਵਾਂਗੇ ਕਈਆਂ ਨੇ ਲਿਖਤਾ ਟਿਫ ਮੈਕਲਮ ਨੇ ਆਪਣੀ ਪੁਰਾਣੀ ਗੱਲ ਦੁਹਰਾਈ ਕਿ ਅਸੀਂ ਇੰਟਰਸਟ ਰੇਟ ਦੇ ਵਿੱਚ ਵਾਦਾ ਨਹੀਂ ਕਰਾਂਗੇ ਹਕੀਕਤ ਇਹ ਉਹਨਾਂ ਨੇ ਆਪਣੀ ਪੁਰਾਣੀ ਗੱਲ ਦੁਹਰਾਈ ਹੈ ਕਿ ਅਸੀਂ ਇੰਟਰਸਟ ਰੇਟ ਦੇ ਵਿੱਚ ਵਾਦਾ ਸ਼ਾਇਦ ਨਾ ਕਰੀਏ ਲੱਗ ਉਮੀ ਗੱਲੇ ਦੇ ਵਿੱਚੋਂ ਹੈ ਨਹੀਂ ਪਉ ਗੱਲ ਕਰਦੇ ਨਾ ਕਿਸੇ ਨੇ ਕਦੇ ਹਾਥੀ ਨਹੀਂ ਸੀ ਵੇਖਿਆ ਅੱਖਾਂ ਤੇ ਪੱਟੀ ਬੰਨ ਕੇ ਹਾਥੀ ਕੋਲ ਛੜਦਾ ਕਹਿੰਦੇ ਹੁਣ ਦੱਸੋ ਵੀ ਹਾਥੀ ਬਾਰੇ ਤੁਸੀਂ ਲੇਖ ਲਿਖਣਾ ਜਿਹਦਾ ਹੱਥ ਪੂੰਛ ਨੂੰ ਪਿਆ ਉਹਨੇ ਕਹਤਾ ਹਾਥੀ ਪੂੰਛ ਨੇ ਪੂੰਛਦੇ ਐਗਜ਼ਾਮਪਲ ਦੇਤੀ ਤੇ ਇਸ ਹਿਸਾਬ ਦੇ ਨਾਲ ਉਹ ਵੀ ਇਹੀ ਇਹ ਰਿਪੋਰਟਿੰਗ ਉਦਾਂ ਹੀ ਹੋਈ ਆ ਹਾਂ ਪਰ ਪਾਰਲੀਮੈਂਟ ਵਿੱਚ ਕਈ ਵਾਰੀ ਪੂੰਛ ਤੋਂ ਇਲਾਵਾ ਕਿਤੇ ਹੋਰ ਵੀ ਹੱਥ ਲੱਗ ਜਾਂਦਾ ਵਾਸਤੇ ਦੀ ਕਾਰਬਨ ਟੈਕਸ ਵਾਲੀ ਗੱਲ ਤੁਸੀਂ ਸੰਜੀ ਕਰਤੀ ਹੋਈ ਆ ਹਾਂਜੀ ਅੱਛਾ ਕੁਇਕਲੀ ਗੱਲ ਕਰੀਏ ਯਾਰ ਵਿਕਟੋਰੀਆ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਡਾਇਰੀ ਗਵਾਚ ਗਈ 5-6 ਦਿਨ ਡਾਇਰੀ ਗਵਾਚੀ ਰਹੀ ਉਹ ਕਹਿੰਦੇ ਕ੍ਰਿਮੀਨਲਜ਼ ਦੇ ਹੱਥ ਲੱਗ ਗਈ ਉਹ ਡਾਇਰੀ ਤੇ ਉਹਦੇ ਵਿੱਚ ਜਿਹੜੀਆਂ ਕੁਝ ਐਕਟਿਵ ਇਨਵੈਸਟੀਗੇਸ਼ਨਸ ਚੱਲ ਰਹੀਆਂ ਸੀ ਉਹਨਾਂ ਲੋਕਾਂ ਦੇ ਪਤੇ ਤੇ ਹੋਰ ਜਾਣਕਾਰੀ ਲਿਖੀ ਹੋਈ ਸੀ ਉਸ ਡਾਇਰੀ ਦੇ ਵਿੱਚ ਇਹਨੇ ਕ੍ਰਿਮੀਨਲ ਸੀ ਕਹਿੰਦੇ ਇਹਨਾਂ ਨੇ ਉਹ ਡਾਇਰੀ ਜਦੋਂ ਦੇਖੀ ਉਹਦੇ ਵਿੱਚੋਂ ਜਿਹੜੀ ਜਾਣਕਾਰੀ ਸੀ ਉਹਦੇ ਆਧਾਰ ਤੇ ਕਹਿੰਦੇ ਕੋਈ ਫਰਾਡ ਵਗੈਰਾ ਵੀ ਕਮਿਟ ਹੋ ਗਿਆ ਹੋਇਆ ਹਾਂ ਸੋ ਕਰਾਇਮ ਕਮਿਟ ਹੋਇਆ ਸੋ ਕਹਿੰਦੇ ਵੀ ਉਹਦੇ ਵਿੱਚ ਕਾਫੀ ਸਾਰੇ ਐਡਰੈਸਸ ਸੀਗੇ ਬਹੁਤ ਸਾਰੇ ਇਹ ਉਹਦੇ ਵਿੱਚ ਨਾਮ ਸੀਗੇ ਕਹਿੰਦੇ ਵੀ ਉਹ ਨਾਮ ਤੇ ਐਡਰੈਸਸ ਹਾਲਾਂਕਿ ਵਿਕਟਿਮਸ ਜਾਂ ਫਿਰ ਵਿਟਨੈਸਸ ਦੇ ਨਹੀਂ ਸੀ ਪਰ ਉਹ ਡਾਇਰੀ 5 ਦਿਨਾਂ ਲਈ ਗਾਇਬ ਰਹੀ ਦਸੰਬਰ ਮਹੀਨੇ ਤੇ ਉਹਨਾਂ 5 ਦਿਨਾਂ ਦੇ ਵਿੱਚ ਉਹ ਕ੍ਰਿਮੀਨਸ ਦੇ ਹੱਥ ਲੱਗ ਗਈ ਤੇ ਉਹਦੀਆਂ ਕਾਪੀਜ਼ ਜਿਹੜੀਆਂ ਨੇ ਕਰਾਇਮ ਸਰਕਲ ਦੇ ਵਿੱਚ ਸਰਕੂਲੇਟ ਹੋ ਗਈਆਂ ਤੇ ਉਹਦੇ ਆਧਾਰ ਤੇ ਮੰਨਿਆ ਜਾਂਦਾ ਵੀ ਹਾਲ ਹੀ ਦੇ ਵਿੱਚ ਸਾਨਿਚ ਦੇ ਵਿੱਚ ਇੱਕ ਕ੍ਰਾਈਮ ਵੀ ਕਮਿਟ ਕੀਤਾ ਗਿਆ ਤੇ ਉਹਨੂੰ ਲੈ ਕੇ ਬੜੇ ਚਿੰਤਤ ਨੇ ਵਿਕਟੋਰੀਆ ਪੁਲਿਸ ਡਿਪਾਰਟਮੈਂਟ ਵਾਲੇ ਤੇ ਉਹਨਾਂ ਦੇ ਜਿਹੜੇ ਚੀਜ਼ ਡੈਲ ਮਾਨਕ ਮਾਨਕ ਨੇ ਉਹਨਾਂ ਨੇ ਕਿਹਾ ਕਹਿੰਦੇ ਵੀ ਅਸੀਂ ਇਹਦੀ ਜਾਂਚ ਕਰਵਾਉਣ ਲਈ ਵੀ ਕਈ ਹੈਗੀ ਗੱਲ ਕੀਤੀ ਆ ਤੇ ਕਹਿੰਦੇ ਵੀ ਇਟਸ ਅਨਐਕਸੈਪਟੇਬਲ ਸੋ ਉਹ ਕਾਫੀ ਚਿੰਤਤ ਨੇ ਇਸ ਗੱਲ ਆ ਦੇਖੋ ਕਮਾਲ ਦੀ ਗੱਲ ਆ ਬਸ ਵੀ ਕਈ ਵਾਰੀ ਆਪਣੀ ਲਿਖਾਈ ਨਹੀਂ ਪੜ ਹੁੰਦੀ ਤੇ ਜਿਹੜੇ ਕਿਸੇ ਅਫਸਰ ਨੇ ਜਿਹਦੇ ਉਹ ਕੀ ਹੈਂਡ ਰਿਟਨ ਨੋਟ ਸੀਗੇ ਉਸ ਡਾਇਰੀ ਦੇ ਵਿੱਚ ਯਾਦ ਤੇ ਉਹਨਾਂ ਦੀ ਲਿਖਾਈ ਬੜੀ ਠੀਕ ਠਾਕ ਵਧੀਆ ਹੋਣੀ ਪਰ ਇਹ ਬੜੀ ਚਿੰਤਾਜਨਕ ਗੱਲ ਆ ਔਨ 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 ਅ ਹੋਲ ਡਿਫਰੈਂਟ ਜੁਵੇ ਤੇ ਉਹ ਕਿਵੇਂ ਫਿਰ ਦੁਰਵਰਤੋਂ ਆਦੀ ਹੋ ਜਾਂਦੀ ਹੈ ਜੀ ਵਾਸੂ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਵਿਜੇ ਜੀ ਥੈਂਕ ਯੂ ਵੈਰੀ ਮਚ ਹੈਵ ਅ ਨਾਈਸ ਵੀਕਐਂਡ ਯੂ ਟੂ ਹੈਵ ਅ ਨਾਈਸ ਲੌਂਗ ਵੀਕਐਂਡ ਹੈਵ ਅ ਨਾਈਸ ਫੈਮਿਲੀ ਡੇ ਫੈਮਿਲੀ ਡੇ ਲੌਂਗ ਵੀਕ ਬਹੁਤ